ਸਤਿ ਸ਼੍ਰੀ ਅਕਾਲ ਜੀ, ਨਿੱਘਾ ਸਵਾਗਤ। ਕਿਉਂਕਿ 6 ਮਹੀਨੇ ਹੋ ਗਏ ਸ਼ਬਦ ਹੀ ਨਹੀਂ ਯੂਜ਼ ਕੀਤਾ, ਗਰਮੀ ਬੜੀ ਸੀ। ਮੇਰੇ ਖਿਆਲ ਦਰਸ਼ਕਾਂ ਨੇ ਕਹਿ ਦੇਣਾ ਸੀ ਪਰੋਂ ਇੰਨੀ ਗਰਮੀ ਹੈ ਅਤੇ ਮੇਰਾ ਨਿੱਘਾ ਨਿੱਘਾ ਕਰੀ ਜਾਂਦੇ ਨੇ। ਸੋ ਹੋ ਗਈ ਹੈ ਜੀ ਠੰਡ, ਹੁਣੀ ਕੱਢ ਕੇ ਬੈਠੇ ਹਾਂ ਜਾਕਟਾਂ ਜੁਕਟਾਂ 'ਤੇ। ਰਾਈ ਸਾਹਿਬ ਨੂੰ ਸੱਦਾ ਦਿੱਤਾ, ਨਿੱਘੀਆਂ ਗੱਲਾਂ ਵੀ ਹੋਈਆਂ, ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਰਹੇ ਸੀ ਇੰਡਸਟਰੀ ਬਾਰੇ। ਕਿਉਂਕਿ ਰਾਹੀ ਜੀ ਜਾਂ ਇਹਨਾਂ ਦੇ ਹੋਰ ਜਿੰਨੇ ਸਾਥੀ ਨੇ ਵੱਖ ਵੱਖ ਕੰਪਨੀਜ਼ ਦੇ ਵਿੱਚ ਕੰਮ ਕਰ ਰਹੇ ਨੇ, ਇਹ ਲਗਭਗ ਮੇਰੇ ਖਿਆਲ 12-13 ਸਾਲ ਤੋਂ UK ਦਾ ਐਕਸਪੀਰੀਅੰਸ ਇਹਨਾਂ ਕੋਲ ਸੀਗਾ। ਸੋ ਜਦੋਂ UK ਸ਼ੁਰੂ ਹੁੰਦਾ, ਸਭ ਤੋਂ ਪਹਿਲਾਂ ਕਾਲ ਇਹਨਾਂ ਨੂੰ ਅਤੇ ਹੋਰ 2-3 ਕੰਪਨੀਆਂ ਨੂੰ ਕੀਤੀ ਗਈ ਕਿ ਲੋਕਾਂ ਤੱਕ ਆਪਾਂ ਉਹ ਗੱਲ ਪਹੁੰਚਾਈ ਹੈ ਜਿਹੜੀ ਤੁਸੀਂ ਫੋਰਮ ਭਰ ਕੇ ਲੋਕਾਂ ਨੂੰ UK ਦੇ ਵਿੱਚ ਪਹੁੰਚਾਇਆ ਸੀ। ਪਰ ਹੁਣ ਨੀਟ ਐਂਡ ਕਲੀਨ ਹੋ ਗਿਆ, GST ਆ ਗਈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਹਾਲੇ ਵੀ ਕਿਉਂਕਿ ਬਹੁਤ ਵੱਡਾ ਸਮੁੰਦਰ ਹੈ ਇਮੀਗ੍ਰੇਸ਼ਨ ਇੰਡਸਟਰੀ, ਕੁਝ ਚੀਜ਼ਾਂ ਜਾਣਨੀਆਂ ਬਾਕੀ ਨੇ, ਉਹਨਾਂ ਬਾਰੇ ਚਰਚਾ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ। ਲਾਈਵ ਕਾਲ ਆ ਜੀ, ਲਾਈਵ ਆਪਣਾ ਸਵਾਲ ਜਿਹੜਾ ਹੈਗਾ ਤੁਸੀਂ ਸਾਨੂੰ ਪੁੱਛ ਸਕਦੇ ਹੋ। ਰਾਈ ਸਾਹਿਬ ਸਵਾਗਤ ਸਭ ਤੋਂ ਪਹਿਲਾਂ। ਥੈਂਕ ਯੂ ਰਣਵੀਰ ਭਾਅ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲਾਂ ਪੁਰਾਣੀਆਂ ਚੱਲ ਰਹੀਆਂ ਸੀ, ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਪਹਿਲੀ ਵਾਰ ਮੈਂ ਲਗਭਗ 14 ਅਪ੍ਰੈਲ ਜਾਂ 13 ਅਪ੍ਰੈਲ ਦੇ ਲਾਗੇ ਛੱਗੇ 2009 ਦੀ ਗੱਲ ਹੈ, ਜਦੋਂ ਪਹਿਲੀ ਵਾਰ ਵੀਰਵਾਰ ਵਾਲੇ ਦਿਨ ਬੈਠ ਕੇ ਲਾਈਵ ਕੀਤਾ ਸੀ। ਕਿਆ ਬਾਤ! ਅਤੇ UK ਤੋਂ ਨਵਾਂ ਨਵਾਂ ਟੀਅਰ 4 ਸਿਸਟਮ ਸ਼ੁਰੂ ਹੋਇਆ ਸੀਗਾ, ਬੜੇ ਉਤਰਾਵ ਚੜ੍ਹਾ ਦੇਖੇ ਤੁਸੀਂ, ਚੱਲ ਉਸ ਨਾਲ ਸਾਡੇ ਹਾਣੀ ਰਹੇ ਹੋ। ਅੱਜ ਤੋਂ 6 ਮਹੀਨੇ ਪਹਿਲਾਂ ਵੀ ਕੁਛ ਚੀਜ਼ਾਂ ਮੇਰੇ ਅਲੱਗ ਅਲੱਗ ਮੇਰੇ ਟੋਕ ਸ਼ੋਅਜ਼ ਬੋਲੀਆਂ ਗਈਆਂ ਸੀਗੀਆਂ, ਇਸ ਮੰਚ ਤੋਂ ਵੀ ਮੈਂ ਲਗਭਗ ਅਮਨ ਭਾਈ ਨਾਲ ਵੀ ਸਾਂਝੀ ਕੀਤੀ, ਤੁਹਾਨੂੰ ਵੀ ਸਾਂਝੀ ਕੀਤੀਆਂ ਸੀ। ਹੁਣ ਫਿਰ ਹਾਲਾਤ ਉਹੀ ਹੁਣ ਦੇ ਨਜ਼ਰ ਆ ਰਹੇ ਆ। ਅੱਜ ਬੇਸ਼ੱਕ ਬੱਚਾ ਕੇਵਲ ਯੂਨੀਵਰਸਿਟੀ 'ਚ ਪੜ੍ਹਨ ਜਾ ਸਕਦਾ, ਡਿਗਰੀ 'ਚ ਪੜ੍ਹਨ ਜਾ ਸਕਦਾ, ਜਿਹੜਾ ਵਿਦਆਊਟ ਆਇਲਸ ਰੌਲਾ ਪਿਆ ਨਾ, ਉਹਨੇ ਕਿਤੇ ਨਾ ਕਿਤੇ ਅੰਦਰੋਂ ਅੰਦਰ ਘੋਣ ਵਾਂਗੂ ਫਿਰ ਪੰਜਾਬ, ਹਰਿਆਣਾ, ਹਿਮਾਚਲ, ਨੌਰਥ ਇੰਡੀਆ ਦੀ ਸਟੂਡੈਂਟ ਕੈਟਾਗਰੀ ਨੂੰ ਨੁਕਸਾਨ ਪਹੁੰਚਾਉਣਾ। ਅੱਜ ਬਹੁਤ ਸਾਰੀ ਯੂਨੀਵਰਸਿਟੀਆਂ ਇਹੋ ਜਿਹੀਆਂ ਨੇ, ਉਹਨਾਂ ਨੇ ਪੰਜਾਬ ਦੀ ਐਪਲੀਕੇਸ਼ਨ ਲੈਣੀਆਂ ਬੰਦ ਕਰਤੀਆਂ। ਮੈਂ ਨਾਮ ਨਹੀਂ ਲੈ ਪਾਊਂਗਾ, ਮੇਰੀ ਆਪਣੀ ਕੋਈ ਮਜਬੂਰੀ ਹੈ, ਪਰ ਇਹੋ ਜਿਹੀਆਂ ਪੁਰਾਣੀਆਂ ਪਬਲਿਕ ਯੂਨੀਵਰਸਿਟੀਜ਼ ਨੇ ਪੰਜਾਬ, ਹਰਿਆਣਾ, ਹਿਮਾਚਲ ਤੋਂ ਜਨਵਰੀ ਇਨਟੇਕ ਦੀਆਂ ਐਪਲੀਕੇਸ਼ਨ ਲੈਣੀਆਂ ਬੰਦ ਕਰਤੀਆਂ ਨੇ। ਸਾਡੇ ਵੀ ਕਈ ਸਟੂਡੈਂਟਸ ਉਹਨਾਂ ਐਪਲੀਕੇਸ਼ਨ ਵਿੱਚ ਫਸ ਰਹੇ ਨੇ, ਉਹਨਾਂ ਨੂੰ ਹੁਣ ਦੂਜੀ ਯੂਨੀਵਰਸਿਟੀ ਪਾਇਆ ਜਾ ਰਿਹਾ। ਕਾਰਨ ਕੀ ਹੈ? ਹਰ ਕੋਈ ਬੰਦਾ, ਹਰ ਕੋਈ ਕੰਸਲਟੈਂਟ ਜਾਂ ਜਿਹੜਾ ਨਵਾਂ 2-4-6 ਮਹੀਨੇ 'ਚ ਨਵਾਂ ਇੱਕ ਪੈਦਾ ਹੋਇਆ ਟਰੈਵਲ ਏਜੰਟ, ਫੇਸਬੁੱਕ 'ਤੇ ਲਾਈਵ ਹੋ ਕੇ ਜਾਂ ਯੂਟਿਊਬ 'ਤੇ 2-4 ਮਿੰਟ ਦੀ ਵੀਡੀਓ ਬਣਾ ਕੇ ਆਪਣੇ UK ਵੀਜ਼ਾ ਐਕਸਪਰਟ ਕਹਿ ਰਿਹਾ ਵਿਦਆਊਟ ਆਇਲਸ। ਚਲੋ, ਮੈਨੂੰ ਲੱਗਦਾ ਹੁਣ ਮੈਂ ਗੱਲ ਕਰ ਰਹੀ ਸੀ, ਪਿੱਛੇ ਮੇਰੀ ਕਿਸੇ ਨਾਲ ਗੱਲਬਾਤ ਚੱਲ ਰਹੀ ਸੀ, ਬੜੀ ਵੱਡੀ ਆਇਲਸ ਪੜ੍ਹਾਉਣ ਵਾਲੀ ਕੰਪਨੀ ਹੈ, ਆਇਲਸ ਕਰਾਉਣ ਵਾਲੀ ਕੰਪਨੀ ਹੈ, ਉਹਦੇ 'ਚ ਲਗਭਗ ਬੱਚੇ 30% ਰਹਿ ਗਏ ਸਿਰਫ, 70% ਆਇਲਸ ਦੇ ਬੱਚੇ ਉਹਨੂੰ ਕੋਈ ਹੈ ਨਹੀਂ ਕਿ ਹੁਣ ਆਇਲ ਸੈਂਟਰ ਬਹੁਤੇ ਖਾਲੀ ਹੋ ਗਏ ਪੰਜਾਬ ਦੇ ਵਿੱਚ। ਕਾਰਨ ਕੀ ਹੈ? ਬੱਚਿਆਂ ਨੂੰ ਲੱਗਦਾ 4-5 ਮਹੀਨੇ ਆਇਲਸ ਕਰਾਂਗੇ, ਪਤਾ ਨਹੀਂ ਫਿਰ ਬੈਂਡ 5.5-6 ਬੈਂਡ ਕਿੰਨੇ ਬੈਂਡ ਆ ਜਾਣ। ਅੱਜ UK ਵਿਦਆਊਟ ਆਇਲਸ ਖੁੱਲ੍ਹਿਆ, ਚੋਰ ਚਲੀਏ UK ਨੂੰ, ਕਿਉਂਕਿ ਜਿੱਥੋਂ UK ਦੀ ਗੱਲ ਆ ਜਾਂ ਵਲੈਤ ਦੀ ਗੱਲ ਆ, ਇੰਗਲੈਂਡ ਦੀ ਗੱਲ ਆ, ਵੈਸੇ ਪੰਜਾਬੀ ਦੀ ਹਮੇਸ਼ਾ ਫੇਵਰ ਡੈਸਟੀਨੇਸ਼ਨ ਰਿਹਾ ਸ਼ੁਰੂ ਤੋਂ। ਸੋ ਵਿਦਆਊਟ ਆਇਲਸ UK ਨਹੀਂ ਖੁੱਲ੍ਹਿਆ ਦੋਸਤੋ, ਮੈਂ ਫਿਰ ਰਿਪੀਟ ਕਰਦੇ ਹਾਂ, ਜਿਹੜੇ ਬੱਚੇ ਦੇ ਅੰਗਰੇਜ਼ੀ 'ਚੋਂ 60-70% ਨੰਬਰ ਆ, ਅੰਗਰੇਜ਼ੀ ਚੰਗੀ ਬੋਲ ਸਕਦਾ, ਸਭ ਤੋਂ ਪਹਿਲਾਂ ਇਹ ਦੇਖ ਲਵੇ ਕਿ ਉਹ ਇੰਗਲੈਂਡ ਦੀ UK ਦੀ ਇੱਕ ਪਬਲਿਕ ਯੂਨੀਵਰਸਿਟੀ 'ਚ ਇੱਕ ਜਦੋਂ ਉੱਥੇ ਬ੍ਰਿਟਿਸ਼ ਸਿਟੀਜ਼ਨ ਗੋਰਾ ਪੜ੍ਹਾ ਰਿਹਾ ਜਾਂ ਨਾਲ ਬ੍ਰਿਟਿਸ਼ ਸਿਟੀਜ਼ਨ ਗੋਰਾ ਬੈਠ ਕੇ ਪੜ੍ਹ ਰਿਹਾ, ਉਹਦੇ ਨਾਲ ਪੜ੍ਹ ਪਾਏਗਾ? ਸਿਰਫ ਨਕਲ ਮਾਰ ਕੇ ਜਾਂ ਪਰਚੀਆਂ ਚਲਾ ਕੇ 70% ਅੰਗਰੇਜ਼ੀ ਨੰਬਰ ਲੈਣ ਵਾਲਾ ਬੱਚਾ UK ਜਾ ਕੇ ਪੜ੍ਹ ਨਹੀਂ ਪਾਏਗਾ? ਬਿਲਕੁਲ, ਇਹ ਗੱਲ ਬੜੀ ਕਲੀਅਰਲੀ ਸੁਣਨੀ। ਮੈਂ ਅੱਗੇ ਵੀ ਗੱਲਾਂ ਕੌੜੀਆਂ ਕਰਦਾ, ਕਈ ਲੋਕਾਂ ਨੂੰ ਪਸੰਦ ਹੁੰਦੀਆਂ, ਕਈ ਨੂੰ ਨਹੀਂ ਪਸੰਦ ਹੁੰਦੀਆਂ। ਸੋ ਅੱਜ ਹਾਲਾਤ ਇਹ ਹੈ ਭਾਅ ਜੀ, UK ਦੀਆਂ ਅਸੀਂ ਜਨਵਰੀ ਟਿਕ ਦੀਆਂ ਐਪਲੀਕੇਸ਼ਨ ਲੈਣੀਆਂ ਟੋਟਲੀ ਬੰਦ ਕਰ ਚੁੱਕੇ ਹਾਂ। ਜਿਹੜਾ ਬੱਚਾ 2018-19 ਪੜ੍ਹਿਆ, ਮੋਸਟ ਵੈਲਕਮ, ਫੰਡ 28 ਦਿਨ ਪੁਰਾਣੇ ਹੋ ਚੁੱਕੇ ਆ, ਮੋਸਟ ਵੈਲਕਮ। ਜੇ ਕਹਿੰਦੇ ਹੋ ਭਾਜੀ ਮੈਂ 2015 ਪਾਸ ਹਾਂ ਬਾਰਵੀਂ, 2014 ਪਾਸ ਹਾਂ, ਬੇਸ਼ੱਕ ਅਸੀਂ ਵੀਜ਼ੇ ਲਏ, ਬਟ ਹੁਣ ਐਪਲੀਕੇਸ਼ਨ ਲੈਣੀਆਂ ਬੰਦ ਕਰਤੀਆਂ ਨੇ। ਜੇ ਫੰਡ ਹਾਲੇ ਨਵੇਂ ਪਾਉਣੇ ਆ, ਅਸੀਂ ਐਪਲੀਕੇਸ਼ਨ ਲੈਣੀਆਂ ਬਿਲਕੁਲ ਬੰਦ ਕਰਤੀਆਂ, ਕਿਉਂਕਿ ਹੁਣ ਮਹੀਨਾ ਸਾਡੇ ਕੋਲ ਕਾਲ ਲਵਾਂਗੇ, ਹੋਰ ਕਾਫੀ ਸਾਰੀਆਂ ਗੱਲਾਂ ਨੇ ਕਰਨ ਵਾਲੀਆਂ। ਹੈਲੋ ਜੀ, ਬਿਲਕੁਲ ਕਰ ਰਿਹਾ ਜੀ, ਹੁਕਮ ਕਰੋ ਜੀ, ਕੀ ਸੇਵਾ ਕਰੀਏ, ਕੀ ਗੱਲ ਸੁਣਾਈਏ ਤੁਹਾਨੂੰ, ਕੀ ਸਵਾਲ, ਤੁਹਾਡੇ ਸਵਾਲ ਦਾ ਜਵਾਬ ਦਈਏ। ਹਾਂਜੀ ਸਰ, ਸਰ ਮੈਂ ਨਾ ਯੋਰਕਲੀ ਯੂਨੀਵਰਸਿਟੀ ਕੈਨੇਡਾ ਦੇ ਵਿੱਚ ਅਪਲਾਈ ਕੀਤਾ ਸੀ। ਅੱਛਾ ਜੀ, ਫੇਰ? ਹਾਂਜੀ ਬੋਲੋ ਜੀ। ਤੇ ਸਰ, ਸਰ ਮੈਨੂੰ ਨਾ ਆਫਰ ਚਾਹੀਦੀ ਸੀ, ਮੈਂ ਫੀਸ ਆਈ ਜੀ ਸਾਰਾ ਭਰਦਾ, ਪਰ ਮੈਂ ਪੁੱਛਣਾ ਕਿ ਜਿਹੜਾ ਮੈਂ ਕੋਰਸ ਕੀਤਾ ਹੈ ਮੇਰੀ ਜਿਹੜੀ ਪ੍ਰੀਵੀਅਸ ਸਟੱਡੀ ਨਾਲ ਮੈਚ ਕਰ ਸਕਦੀ ਨਹੀਂ? ਕੀ ਕੁਆਲੀਫਿਕੇਸ਼ਨ ਕੀ ਤੁਹਾਡੀ? ਸਰ +2 ਹੈ। ਕੀ ਪੜਿਆ? +2 ਕੀ ਰੱਖਿਆ ਸੀ, ਕੀ ਕੀ ਪੜਿਆ? ਸਰ ਆਰਟਸ ਕੀਤਾ ਸੀ, ਆਰਟਸ ਦੇ ਸਬਜੈਕਟ ਸੀ ਇੰਗਲਿਸ਼, ਪੰਜਾਬੀ, ਸੋਸ਼ੀਓਲੋਜੀ, ਹੋਮ ਸਾਇੰਸ ਤੇ ਫਿਜ਼ੀਕਲ ਐਜੂਕੇਸ਼ਨ। ਹੋਮ ਸਾਇੰਸ ਤੇ ਫਿਜ਼ੀਕਲ ਪ੍ਰੋਗਰਾਮ ਚੂਜ਼ ਕੀਤਾ, ਉਹ ਕੀਤਾ ਮੈਂ ਬੈਚਲਰ ਆਫ ਇੰਟੀਰੀਅਰ ਡਿਜ਼ਾਈਨ ਦਾ। ਕੋਰਸ ਦੀ ਰੈਲੀਵੈਂਸੀ ਵੀਰੇ ਬਣਦੀ ਨਹੀਂ, ਕਿਉਂਕਿ ਤੁਸੀਂ ਹੋਮ ਸਾਇੰਸ ਪੜ੍ਹਿਆ, ਬਟ ਜੇ ਤੁਸੀਂ ਚੰਗੀ ਸਟੇਟਮੈਂਟ ਆਫ ਪਰਪਸ ਦੇ ਰਾਹੀਂ ਵੀਜ਼ਾ ਅਫਸਰ ਨੂੰ ਇਹ ਕਨਵਿੰਸ ਕਰਨ 'ਚ ਕਾਮਯਾਬ ਹੋ ਜਾਂਦੇ ਹੋ ਕਿ ਮੈਂ ਜਿਹੜਾ ਕੋਰਸ ਲਿਆ ਇੰਟੀਰੀਅਰ ਡਿਜ਼ਾਇਨ ਦਾ ਇਸ ਕਰਕੇ ਪੜ੍ਹਨਾ ਚਾਹੁੰਦਾ, ਤਾਂ ਫਿਰ ਵੀਜ਼ਾ ਮਿਲ ਸਕਦਾ। ਇੱਦਾਂ ਦੀ ਕੋਈ ਗੱਲ ਨਹੀਂ ਕਿ ਨੋਨ ਰੈਲੀਵੈਂਸੀ ਦਾ ਵੀਜ਼ਾ ਰਿਫਿਊਜ਼ ਹੋਏਗਾ, ਬਟ ਜੇ ਪੁੱਛਦੇ ਹੋ ਕਿ ਕੋਰਸ ਰੈਲੀਵੈਂਟ ਹੈ ਕਿ ਨਹੀਂ, ਤਾਂ ਨਹੀਂ ਕੋਰਸ ਰੈਲੀਵੈਂਟ ਨਹੀਂ, ਕਿਉਂਕਿ ਤੁਸੀਂ ਫਿਜ਼ੀਕਲ ਐਜੂਕੇਸ਼ਨ ਪੜ੍ਹੀ ਹੈ, ਹੋਮ ਸਾਇੰਸ ਪੜ੍ਹੀ ਹੈ, ਸੋਸ਼ੀਓਲੋਜੀ ਪੜ੍ਹੀ ਹੈ, ਉਹ 'ਚ ਇੰਟੀਰੀਅਰ ਡਿਜ਼ਾਇਨ ਦਾ ਸਬਜੈਕਟ ਤੁਸੀਂ ਕੋਈ ਨਹੀਂ ਪੜ੍ਹਿਆ। ਹੋਮ ਸਾਇੰਸ ਦਾ ਥੋੜ੍ਹਾ ਹੁੰਦਾ ਨਹੀਂ ਵਿੱਚ ਜਿਵੇਂ ਕੋਈ ਪਰਦਿਆਂ ਦੇ ਰੰਗ, ਦੀਵਾਰਾਂ ਦੇ ਰੰਗ? ਨਹੀਂ ਭਾਅ ਜੀ, ਹੋਮ ਸਾਇੰਸ ਡੇਟਾ ਟੂ ਟੋਟਲ
ਕੋਸ਼ਿਸ਼ ਕਰੋ ਕਿ ਹੋਰ ਕੋਰਸ ਚੂਜ਼ ਕਰ ਸਕਦੇ ਹੋ ਤਾਂ ਬੈਟਰ ਹੈ। ਕੇ ਪਾਲ ਸਾਹਿਬ ਨੇ ਕਿ ਭਾਈ ਸਾਹਿਬ ਨੇ ਜੀ ਇਹਨਾਂ ਦੇ ਬੜੇ ਮੈਸੇਜ ਆ ਕੇ ਪੜ੍ਹ ਲਈਏ ਜੀ, ਪੜ੍ਹਨੀ ਕਹਿੰਦੀ ਪ੍ਰੋਬਲਮ ਹੈ ਜੀ, ਕੋਈ ਗਲਤੀ ਹੋ ਜੇ ਮਾਫ਼ ਕਰਨਾ, ਐਨਕਾਂ ਵੀ ਲਵਾ ਲਈਏ ਰਾਈ ਸਾਹਿਬ, ਕੰਮ ਵੱਧਦਾ ਜਾ ਰਿਹਾ। ਕੈਂਬਰਿਨ ਕਾਲਜ ਫੀਸ ਰਿਸਿਪਟ ਨਹੀਂ ਆ ਰਹੀ ਜੀ, ਕਹਿੰਦੇ 30 ਅਕਤੂਬਰ ਦੀ ਫੀਸ ਭਰੀ ਹੋਈ ਹੈ, ਕੀ ਮੁੱਦਾ ਜੀ? ਲਗਭਗ 12 ਦਿਨ ਹੋ ਚੁੱਕੇ ਆ, ਨੋਰਮਲੀ ਰਿਸਿਪਟ ਜਿਹੜੀ ਹੈ 4 ਤੋਂ 5 ਦਿਨ 'ਚ ਆ ਜਾਂਦੀ ਹੈ, ਪਰ ਹੁਣ ਜੇ ਤੁਸੀਂ ਇਹ ਪੁੱਛ ਰਹੇ ਸਵਾਲ ਵੀ ਕੈਂਬਰਿਨ ਕਾਲਜ ਰਿਸਿਪਟ ਇਸ਼ੂ ਨਹੀਂ ਕਰ ਰਿਹਾ, ਇੱਦਾਂ ਦੀ ਕੋਈ ਦਿੱਕਤ ਨਹੀਂ ਗੀ, ਇੱਕ ਵਾਰ ਆਪਣੇ ਉਸ ਕੰਸਲਟੈਂਟ ਨਾਲ ਗੱਲ ਕਰ ਲਿਓ ਕਿ ਕਿਉਂ ਨਹੀਂ ਰਸੀਦ ਆ ਰਹੀ, ਜਾਂ ਫਿਰ ਡਾਇਰੈਕਟਲੀ ਕਾਲਜ ਨੂੰ ਮੇਲ ਕਰ ਸਕਦੇ ਹੋ ਆਪਣੀ ਜਿਹੜੀ TTD ਰਿਸਿਪਟ ਤੁਹਾਡੀ ਤੁਹਾਨੂੰ ਬੈਂਕ ਤੋਂ ਮਿਲੀ ਸੀ ਉਹ ਰਿਸਿਪਟ ਕਰਕੇ ਮੰਗਵਾ ਕੇ ਲਈ ਜਾ ਸਕਦੀ, ਇੱਦਾਂ ਦਾ ਕੋਈ ਇਸ਼ੂ ਨਹੀਂ ਕਿਹਾ ਕਿ ਕੈਂਬਰਿਨ ਕਾਲਜ ਲੈ ਲਓ ਇਹ ਨਹੀਂ ਇਸ਼ੂ ਕਰ ਰਹੇ ਜਾਂ ਫੀਸ ਰਿਸਿਪਟ ਇਸ਼ੂ ਨਹੀਂ ਕਰ ਰਿਹਾ। ਮੰਮੀ ਵੀ ਤੁਹਾਡੇ ਕੰਸਲਟੈਂਟ ਵੱਲੋਂ ਕੋਈ ਪ੍ਰੋਬਲਮ ਹੋਵੇ ਜਾਂ ਰਿਸਿਪਟ ਲਈ ਰਿਕੁਐਸਟ ਪਾਈ ਨਾ ਗਈ ਹੋਵੇ, ਇਹ ਤੁਸੀਂ ਆਪਣੇ ਕੰਸਲਟੈਂਟ ਨਾਲ ਗੱਲ ਕਰੋ ਜੀ। ਅਗਲੇ ਕਾਲ ਲਵਾਂਗੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਬਿਲਕੁਲ ਜੀ ਬਿਲਕੁਲ, ਲਾਈਵ ਤੋਂ ਗੱਲ ਕਰ ਰਿਹਾ। ਹਾਂਜੀ ਸਰ ਜੀ, ਆਵਾਜ਼ ਆ ਰਹੀ ਹੈ ਤੁਹਾਡੇ ਕੋਲ? ਹਾਂਜੀ 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 ਸਰ। ਹਾਂਜੀ, ਸਵਾਲ ਪੁੱਛੋ ਜੀ। ਗ੍ਰੈਜੂਏਸ਼ਨ ਕੀ ਹੈ 2018 ਮੇ, ਕਮਰਸ ਸਟ੍ਰੀਮ ਮੇ ਬੀਕੌਮ ਕੀ ਹੈ, 56% ਮਾਰਕਸ ਹੈ ਔਰ ਸਰ ਓਵਰਆਲ 6 ਬੈਂਡ ਹੈ, ਇੱਕ ਮੀਡੀਅਮ ਮੇ 5.5 ਹੈ ਔਰ ਮੈਨੇ ਸਰ ਕੈਨੇਡਾ ਕਾਲਜ ਦੇਖਾ ਕਿਉਂਕਿ ਮੈਂ, ਹੋ ਸਕਦਾ ਸਰ ਉਸਦਾ? ਬਿਲਕੁਲ ਹੋ ਸਕਦਾ ਜੀ, ਕੈਨੇਡਾ ਕਾਲਜ 'ਚ ਮੁਲਾਦਾ ਸ਼ਾਇਦ ਪੰਜਾਬ ਦੇ ਵਿੱਚ ਅਸੀਂ ਮਤਲਬ ਹਾਈਐਸਟ ਨੰਬਰ ਕੈਨੇਡਾ ਕਾਲਜ 'ਚ ਭੇਜਿਆ। ਫੀਸ ਵੀ ਕਾਲਜ ਦੀ ਘੱਟ ਹੈ, $18,500 ਪੂਰੇ ਕੋਰਸ, 2 ਸਾਲਾਂ ਦੀ ਫੀਸ ਹੈ, ਸੋ ਅੱਧੀ ਫੀਸ ਆ ਬਾਕੀ ਕਾਲਜ ਦੇ ਮੁਕਾਬਲੇ, ਬੜਾ ਅੱਛਾ ਸਕਸੈਸ ਰੇਟ ਹੈ ਐਂਡ ਅਸੀਂ ਉਹਦੇ ਆਥੋਰਾਈਜ਼ ਰਿਪ੍ਰਜੈਂਟੇਟਿਵ ਹਾਂ, ਏਜੰਟ ਹਾਂ ਕੈਨੇਡਾ ਕਾਲਜ ਦੇ। ਤੁਸੀਂ ਅਗਰ ਸਾਡੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਬਿਲਕੁਲ ਨੌਨ SGS ਕੈਟਾਗਰੀ ਵਿੱਚ ਕੇਵਲ $10,000 ਫੀਸ ਪੇ ਕਰਕੇ, ਜਿਹੜੀ ਕਿ ਸਾਲ ਤੋਂ ਉੱਪਰ ਬਣਦੀ ਹੈ, ਮੌਂਟਰੀਅਲ ਦੀ, ਅਤੇ CAQ ਲੈਟਰ ਲੈਣ ਨੂੰ ਟਾਈਮ ਜੂ ਲੱਗੇਗਾ। ਔਫਰ ਤਾਂ ਭਾਵੇਂ ਜਨਵਰੀ ਟੇਕ ਦੀ ਮਿਲ ਜਾਏਗੀ, ਬਟ ਜਨਵਰੀ ਟੇਕ 'ਚ ਦਾਖਲ ਫਾਈਲ ਹੀ ਲੋਜ ਹੋ ਪਏਗੀ ਕਿਉਂਕਿ CAQ ਲੈਟਰ ਨੂੰ ਘੱਟੋ ਘੱਟ 6 ਤੋਂ 8 ਹਫ਼ਤੇ ਲੱਗ ਰਹੇ ਆ, ਸੋ ਅਪ੍ਰੈਲ ਟੇਕ ਸਾਡੇ ਕੋਲ ਅਵੇਲੇਬਲ ਹੈਗਾ, ਤੁਸੀਂ ਉਹਦੇ 'ਚ ਪੜ੍ਹਨ ਜਾ ਸਕਦੇ ਹੋ। ਅੱਜ ਅਪਲਾਈ ਕਰਦੇ ਹੋ ਤਕਰੀਬਨ ਦਸੰਬਰ ਦੇ ਐਂਡ ਤੱਕ ਸਭ ਕੁਝ ਕੰਪਲੀਟ ਹੋ ਜਾਏਗਾ ਅਤੇ ਜਨਵਰੀ ਦੇ ਪਹਿਲੇ ਹਫ਼ਤੇ ਤੁਹਾਡੀ ਫਾਈਲ ਲੱਗ ਸਕਦੀ ਹੈ। ਸੋ ਗੁੱਡ ਕੇਸਿਸ, ਬਟ ਜਿਹੜੀ ਪਰਸੈਂਟੇਜ ਘੱਟ ਹੈ 56% ਉਹਦੇ 'ਤੇ ਇੱਕ ਕੰਪਲੀਟ, ਇੱਕ ਬੜੀ ਇੰਪ੍ਰੈਸਿਵ ਵੀਜ਼ਾ ਅਫਸਰ ਨੂੰ ਸਟੇਟਮੈਂਟ ਆਫ ਪਰਪਸ ਬਣਾ ਕੇ ਲਾਉਣ ਦੀ ਲੋੜ ਹੈ। ਜੇ ਤੁਸੀਂ ਸਾਨੂੰ ਫੇਸਬੁੱਕ 'ਤੇ ਫੋਲੋ ਕਰਦੇ ਹੋ ਤਾਂ 47% ਦੇ ਨਾਲ ਹੀ ਅਸੀਂ ਬੱਚਾ ਪੜ੍ਹਨ ਭੇਜਿਆ, ਉਹ ਵੀ ਕੈਨੇਡਾ ਕਾਲਜ ਪੜ੍ਹਨ ਗਿਆ, ਅਕਸ਼ੇ ਪ੍ਰਾਸ਼ਰਕ ਅੱਗੇ ਬੱਚੇ ਦਾ ਨਾਮ ਹੈ। ਸੋ ਕੋਈ ਘਬਰਾਉਣ ਦੀ ਲੋੜ ਨਹੀਂ, ਅਗਰ ਸਾਡੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਮੋਸਟ ਵੈਲਕਮ, ਤੁਹਾਡਾ ਵੀਜ਼ਾ ਚਾਂਸਸ ਬਹੁਤ ਵਧੀਆ ਨੇ। ਬਹੁਤ ਮਿਹਰਬਾਨੀ ਜੀ, 2 ਕਾਲਾਂ 3 ਨਹੀਂ ਲਵਾਂਗੇ, ਮੈਂ ਵੀ ਕੁਛ ਮੇਰੇ ਅੰਦਰ ਵੀ ਭੜਾਸ ਭਰੀ ਹੋਈ ਵੀ ਕੱਢੀਏ। ਤੁਸੀਂ ਗੱਲ ਕਰ ਰਹੇ ਸੀ ਨਾ ਸ਼ੁਰੂ ਦੇ ਵਿੱਚ ਕਿ ਉਹ ਵਕਤ ਹੋਰ ਸੀ, ਉਹ ਵਕਤ ਉਹ ਸੀਗਾ ਕਿ ਬਹੁਤ ਸਾਰੇ ਲੋਕ ਵਿਦੇਸ਼ ਗਏ, ਵਾਪਸ ਆਏ, ਇਹ ਕਾਰੋਬਾਰ ਖੋਲ੍ਹਿਆ, ਜਾਂ ਅੱਛੇ ਲੈਵਲ ਦੇ ਪੜ੍ਹੇ, ਜਾਂ ਜਿਨ੍ਹਾਂ ਨੇ ਕਿਸੇ ਕੋਲ ਜੋਬ ਕੀਤੀ ਉਹਨੂੰ ਪਤਾ ਲੱਗਿਆ ਇਹ ਕਾਰੋਬਾਰ ਅੱਛਾ, ਉਹ ਕਰ ਲਈਏ। ਬਿਲਕੁਲ 10, 12, 13 ਤੱਕ, 14 ਤੱਕ ਉਹ ਲੋਕ ਆਏ ਜਿਹੜੇ ਪ੍ਰੋਫੈਸ਼ਨਲ ਸੀਗੇ, ਪ੍ਰੋਫੈਸ਼ਨਲ ਬਿਲਕੁਲ ਸੀਗਾ। ਉਸ ਤੋਂ ਬਾਅਦ ਕੀ ਸ਼ੁਰੂ ਹੋਇਆ ਜੀ, ਮੈਂ ਪ੍ਰੋਪਰਟੀ ਦਾ ਕੰਮ ਕਰਦਾ, ਅੱਜ ਡਾਊਨ ਹੈ, ਰਾਈ ਸਾਹਿਬ ਦਾ ਕੰਮ ਬੜਾ ਵਧੀਆ ਚੱਲ ਰਿਹਾ, ਆਪਾਂ ਵੀ 4 ਟੇਬਲ ਲੈ ਲਈਏ, ਕਾਰਾਂ ਵੇਚਦੇ ਸੀਗੇ ਜੀ, ਸੈੱਟ ਨਹੀਂ ਆ ਰਹੀ ਕਹਾਣੀ, ਅਤੇ ਆਹ ਕਰ ਲਈਏ ਜੀ, ਅਤੇ ਟੈਂਟ ਦਾ ਕੰਮ ਸੀਗਾ ਉਹ ਸੈੱਟ ਨਹੀਂ ਆ ਰਿਹਾ ਜੀ, 50 ਕੁ ਲੱਖ ਰੁਪਇਆ ਲਾ ਕੇ ਆਹ ਕਰ ਲਈਏ ਜੀ। ਜਿਹੜੀ ਘੁਸਪੈਠ ਹੈ ਨਾ, ਵਪਾਰੀਕਰਨ ਦੀ ਘੁਸਪੈਠ 2014-15 ਤੋਂ ਬਾਅਦ ਹੋਈ ਸ਼ੁਰੂ ਹੋਈ ਸਾਲਾਂ 'ਚ, ਇਹਦੇ ਵਿੱਚ ਬੱਚੇ ਦਾ ਨੁਕਸਾਨ ਬਹੁਤ ਵੱਡਾ ਹੋ ਰਿਹਾ। ਐਡਵਰਟੀਜ਼ਮੈਂਟ ਪਾਉਣਾ, TV ਰੇਡੀਓ ਮੈਗਜ਼ੀਨ ਵਾਲੇ ਪੈਸੇ ਲੈਂਦੇ ਨੇ ਜੀ, ਕੁਛ ਵੀ ਲਿਖ ਦਿੰਦੇ ਨੇ, ਉਹਨਾਂ ਨੂੰ ਕੋਈ ਚੈੱਕ ਨਹੀਂ ਕਰਦਾ, ਸਭ ਝੂਠ ਬੋਲਿਆ ਜਾਂਦਾ ਹੈ। ਤੁਹਾਡੇ ਯਾਦ ਹੋਊਗਾ ਇੱਕ ਖਬਰ ਚੱਲੀ ਸੀ ਮੇਰੇ ਖਿਆਲ 4 ਕੁ ਮਹੀਨੇ ਪਹਿਲਾਂ, ਅੱਜ ਆਸਟ੍ਰੇਲੀਆ ਵਰਕ ਹੋਲੀਡੇ ਮੇਕਰ ਖੁੱਲ੍ਹ ਗਿਆ, ਮੈਂ ਬੜੀ ਕੰਸਲਟੈਂਟ ਦਾ ਕਸੂਰ ਨਹੀਂ ਕੱਢ ਰਿਹਾ ਕਿ ਉਹਨੇ ਐਡ ਚਲਾਈ, ਕਿਉਂਕਿ ਉਹਨੂੰ ਥੋੜ੍ਹੀ ਜਿਹੀ ਖਬਰ ਮਿਲੀ, ਪਰ ਚੱਲਿਆ ਕਿੱਥੇ? ਇਸੇ ਤਰ੍ਹਾਂ UK ਸੰਬੰਧੀ, ਆਓ ਜੀ ਵਿਦਾਊਟ ਆਇਲਸ, ਆਓ ਜੀ ਨਿਊਜ਼ੀਲੈਂਡ ਵਿਦਾਊਟ ਆਇਲਸ, ਆਓ ਜੀ 5 ਬੈਂਡ 'ਤੇ ਵੀਜ਼ਾ, ਐਕਚੁਅਲ ਰੀਜ਼ਨ ਜਾਣ ਲਿਆ ਕਰੋ ਕੀ ਹੈਗਾ। ਇਹ ਜਿਹੜੇ ਕਾਰੋਬਾਰੀ ਲੋਕ ਆਏ ਨੇ ਨਾ, ਇਹਨਾਂ ਤੋਂ ਬਚਿਆ ਕਰੋ, ਕੰਸਲਟੈਂਟ ਕੋਈ ਵੀ ਉਹਦੇ ਕੋਲ ਅਪਲਾਈ ਜਿਹੜਾ ਹੈਗਾ ਕਰ ਲਿਆ ਕਰੋ ਕਾਲ। ਰਣਵੀਰ ਭਾਅ ਜੀ ਇੱਕ ਮਿੰਟ ਹੋਲਡ ਰੱਖਿਓ, ਕਹਿੰਦੇ ਹਾਫ ਇਨਫੋਰਮੇਸ਼ਨ ਇਜ਼ ਆਲਵੇਜ਼ ਡੇਂਜਰਸ, ਤੁਸੀਂ ਜਿਵੇਂ ਗੱਲ ਕੀਤੀ ਹੈ ਮੈਂ ਉਹੀ ਗੱਲ ਫਿਰ ਦੁਹਰਾਉਣਾ ਚਾਹੁੰਦਾ। ਅੱਜ ਮੇਰੇ ਦਫ਼ਤਰ 'ਚ ਮੱਧ ਪ੍ਰਦੇਸ਼ ਤੋਂ ਇੱਕ ਐਪਲੀਕੈਂਟ ਚੱਲ ਕੇ ਆਇਆ, ਦੁਬਈ ਦਾ ਕੇਸ ਅਪਲਾਈ ਕਰਨ, ਜਿਹੜਾ ਇੰਟਰਨੈਸ਼ਨਲ ਸ਼ੈਫ ਪ੍ਰੋਗਰਾਮ ਕੋਰਸ, ਮੈਨੂੰ ਬੜੀ ਖੁਸ਼ੀ ਹੋਈ, ਤਕਰੀਬਨ 1.5 ਸਾਲ ਤੋਂ ਮੈਨੂੰ ਫੋਲੋ ਕਰ ਰਿਹਾ ਸੀ, ਮੇਰੀ ਫੇਸਬੁੱਕ 'ਤੇ ਕੋਈ ਵੀਡੀਓ ਨਹੀਂ ਛੱਡੀ ਉਸ ਬੱਚੇ ਨੇ, ਕੋਈ ਇੰਸਟਾਗ੍ਰਾਮ 'ਤੇ ਕੋਈ ਯੂਟਿਊਬ ਵੀਡੀਓ ਛੱਡੀ ਜੋ ਜਿਹੜੀ ਨਾ ਵੇਖੀ ਹੋਵੇ, ਕਿਹੜੇ ਦਿਨ ਮੈਂ ਕਿਹੜੇ ਕੱਪੜੇ ਕਿਹੜੀ ਪੱਗ ਬੰਨੀ ਸੀ, ਕੀ ਬੋਲਿਆ, ਸਭ ਕੁਝ ਬੱਚੇ ਨੂੰ ਡੱਟਿਆ ਪਿਆ ਸੀ। 1.5 ਸਾਲ ਤੋਂ ਮੈਨੂੰ ਫੋਲੋ ਕਰ ਰਿਹਾ, ਉਹ 1300 ਕਿਲੋਮੀਟਰ ਦੂਰ ਤੋਂ 25 ਘੰਟੇ ਦਾ ਸਫ਼ਰ ਟ੍ਰੇਨ 'ਚ ਬਹਿ ਕੇ ਵਿਚਾਰਾ ਮੈਨੂੰ ਮਿਲਣ ਆਇਆ, ਤਕਰੀਬਨ 1.5 ਘੰਟੇ ਮਿਲਣ ਲਈ, ਮੈਂ ਉਹਦੀ ਵੀਡੀਓ ਸ਼ੂਟ ਕੀਤੀ, ਮੈਂ ਫੇਸਬੁੱਕ 'ਤੇ ਪਾਵਾਂਗਾ। ਮਨ 'ਚ ਖੁਸ਼ੀ ਹੁੰਦੀ ਵੀ ਉਦੋਂ ਇੱਕ ਕੰਸਲਟੈਂਟ ਵਾਲਾ ਵਾਕਿਆ ਕਰੀਅਰ ਅਕਾਊਂਟ ਦਾ ਕੰਮ ਕਰਦੇ ਪਏ ਹਾਂ। ਉਸ ਬੱਚੇ ਨੂੰ ਮੈਂ ਇਹੋ ਕਿਹਾ ਵੀ ਮੈਂ ਕੋਈ ਟਰੈਵਲ ਏਜੰਟ ਨਹੀਂ ਗਾ, ਮੈਂ ਕੋਈ ਵੀਜ਼ਾ ਅਫਸਰ ਨਹੀਂ ਗਾ, ਮੈਂ ਬੰਦੇ ਬਾਹਰ ਭੇਜਣ ਦਾ ਕੰਮ ਨਹੀਂ ਕਰਦਾ, ਮੇਰਾ ਹੀ ਕੰਪਨੀ ਦਾ ਕੰਮ ਬੱਚੇ ਨੂੰ ਉਹਦੇ ਭਵਿੱਖ ਮੁਤਾਬਕ, ਉਹਦੀ ਪੜ੍ਹਾਈ ਮੁਤਾਬਕ, ਉਹਦੇ ਬਜਟ ਮੁਤਾਬਕ ਇੱਕ ਸਹੀ ਡੈਸਟੀਨੇਸ਼ਨ ਦੀ ਸਲਾਹ ਦੇਣਾ। ਤੁਸੀਂ ਸਲਾਹ ਨੂੰ ਮੰਨਣਾ ਨਹੀਂ ਮੰਨਣਾ ਤੁਹਾਡੀ ਮਰਜ਼ੀ, ਤੁਸੀਂ ਜੋ ਗੱਲ ਕਰ ਰਹੇ ਹੋ
ਉਹਨਾਂ 'ਚ ਕੰਸਲਟੈਂਟ ਤਾਂ ਕੋਈ ਵੀ ਨਹੀਂ ਹੈਗਾ ਜਿਹਨੇ ਕੁਛ ਭੈਠ ਕੀਤੀ ਹੈ ਤਾਂ ਉਹ ਬਰਸਾਤੀ ਡੱਡੂ ਜਿਹੜੇ ਬਰਸਾਤ 'ਚ ਡੱਗ ਪੈਂਦੇ ਆ ਅੱਜ ਯੂਕੇ ਖਲ ਗਿਆ ਖੋਇਆ ਸ਼ੁਰੂ ਹੋ ਗਿਆ ਤਾਂ ਯੂਕੇ ਵੀਜ਼ਾ ਐਕਸਪਰਟ ਹੋ ਗਏ ਕੱਲ੍ਹ ਨੂੰ ਨਿਊਜ਼ੀਲੈਂਡ ਵਿਦਆਊਟ ਰੈਸ਼ ਸ਼ੁਰੂ ਹੋ ਗਿਆ ਤਾਂ ਨਿਊਜ਼ੀਲੈਂਡ ਵੀਜ਼ਾ ਐਕਸਪਰਟ ਹੋ ਗਏ ਜੋ ਗੰਗਾ ਗਏ ਗੰਗਾ ਰਾਮ ਅਤੇ ਜਮੁਨਾ ਗਏ ਜਮੁਨਾ ਦਾਸ ਉਹ ਸਭ ਬਣ ਜਾਂਦਾ ਗੱਲ ਦੇ ਕੇ ਜਦੋਂ ਵੀ ਤੁਸੀਂ ਕਿਸੇ ਕੰਸਲਟੈਂਟ ਚੋਣ ਕਰਨੀ ਇਹ ਜ਼ਰੂਰ ਚੈੱਕ ਕਰ ਲਓ ਕਿ ਵਾਕਈ ਉਹ ਸਿਰਫ ਵਪਾਰੀ ਕਰਨ ਵਾਲਾ ਇੱਕ ਇੱਕ ਘੁਸਪੈਠ ਕਰਨ ਵਾਲਾ ਬਿਜ਼ਨਸਮੈਨ ਆ ਜਾਂ ਵਾਕਈ ਇੱਕ ਕੰਸਲਟੈਂਟ ਆ ਜੋ ਬੱਚੇ ਨੂੰ ਉਹਦੀ ਭਵਿੱਖ ਨੂੰ ਲੈ ਕੇ ਚੰਗਾ ਸਲਾਹ ਮਸ਼ਵਰਾ ਦੇ ਰਿਹਾ ਜੀ ਡਿਜੀਟਲ ਮੀਡੀਆ 'ਚ ਮੰਨਣਾ ਗੂਗਲ 'ਤੇ ਜਾ ਕੇ ਯੂਟਿਊਬ ਜਾ ਕੇ ਜਾਂ ਫੇਸਬੁੱਕ ਜਾ ਕੇ ਕਿਸੇ ਵੀ ਕੰਪਨੀ ਦਾ ਪਿਛਲਾ ਸਾਰਾ ਚਿੱਠਾ ਰਿਕਾਰਡ ਕੱਢਿਆ ਜਾ ਸਕਦਾ ਸੋ ਜਦੋਂ ਵੀ ਕਿਸੇ ਕੰਸਲਟੈਂਟ ਚੋਣ ਕਰਨੀ ਇੱਕ ਵਾਰ ਉਹਦੀ ਰਿਸਰਚ ਜ਼ਰੂਰ ਕਰ ਲਿਆ ਕਰੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜੇ ਕੋਈ ਸਾਡੇ ਬਾਰੇ ਰਿਸਰਚ ਕਰਕੇ 2-4-5 ਕੰਪਨੀ 'ਚ ਹੋ ਕੇ ਮੇਰੇ ਕੋਲ ਆਉਂਦਾ ਮੈਂ ਕਦੇ ਨਹੀਂ ਕਹਿੰਦਾ ਕਿ ਆਰਐਸ ਗੂਗਲ ਪੰਜਾਬ ਦੀ ਬੈਸਟ ਕੰਪਨੀ ਜਿਹੜੀ ਅਸੀਂ ਸਭ ਤੋਂ ਵਧੀਆ ਕੰਮ ਕਰਦੇ ਹਾਂ ਮੈਂ ਕਹਿੰਦਾ ਆਪਣਾ 10 ਕੰਪਨੀਆਂ ਜਾ ਕੇ ਆਓ ਫਿਰ ਸਾਡੇ ਦਫ਼ਤਰ ਆਓ ਹਾਂ ਇਹ ਗੱਲ ਜ਼ਰੂਰ ਹੋਦੀ ਅਸੀਂ ਲੋਕਾਂ ਨਾਲੋਂ 10-20,000 ਵੱਧ ਲੈਂਦੇ ਹੋਵਾਂਗੇ ਮਹਿੰਗੇ ਹੋ ਸਕਦੇ ਹਾਂ ਬਟ ਅਸੀਂ ਝੂਠ ਨਹੀਂ ਬੋਲਦੇ ਠੱਗੀਆਂ ਨਹੀਂ ਮਾਰਦੇ ਜੋ ਸੱਚ ਆ ਉਹ ਵੀ ਦੱਸਦੇ ਹਾਂ ਲਾਈਵ ਸ਼ੋਅ ਵਿੱਚ ਵੀ ਮੈਂ ਕਈ ਵਾਰ ਬੱਚਿਆਂ ਨੂੰ ਸਾਫ਼ ਮੂੰਹ 'ਤੇ ਮਨਾ ਕਰਨਾ ਵੀ ਨਹੀਂ ਹੋ ਸਕਦਾ ਬਿਲਕੁਲ ਠੀਕ ਗੱਲ ਤੁਹਾਡੀ ਸਾਹਿਬ ਹੈਲੋ ਜੀ ਹੈਲੋ ਹਾਂਜੀ ਹਾਂਜੀ ਗੁੱਡ ਈਵਨਿੰਗ ਸਰ ਈਵਨਿੰਗ ਜੀ ਸਰ ਮੈਂ ਤੁਹਾਨੂੰ ਯੂਕੇ ਦੇ ਰਿਗਾਰਡਿੰਗ ਇੱਕ ਕੁਐਸਚਨ ਪੁੱਛਣਾ ਸੀਗਾ ਬਿਲਕੁਲ ਕਰੋ ਪੁੱਛੋ ਜੀ ਪੁੱਛੋ ਸਰ ਕੀ ਸਵਾਲ ਤੁਹਾਡਾ ਸਰ ਸਰ ਮੈਂ ਨਾ ਮੇਰੀ ਅਪਲੈਟਰ ਆਈ ਹੋਈ ਆ ਹੁਣ ਯੂਕੇ ਤੋਂ ਸਰ ਮੇਰੇ ਕੋਲੇ 28 ਡੇਜ਼ ਓਲਡ ਫੰਡ ਨਹੀਂ ਹੈਗੇ ਇਸ ਟਾਈਮ ਠੀਕ ਹੈ ਸਰ ਮੇਰੇ ਏਜੰਟ ਕਹਿ ਰਹੇ ਨੇ ਵੀ ਤੁਸੀਂ ਹੁਣੇ ਫੰਡ ਭਰ ਦਿਓ ਆਪਣੇ ਤੇ ਆਪਾਂ ਉਸੇ ਦਿਨ ਫੀਸ ਪੇ ਕਰ ਦਾਂਗੇ ਸਰ ਐਵੇਂ ਹੋ ਜਾਂਦਾ ਵਾ ਪਹਿਲਾਂ ਦੱਸੋ ਤੁਹਾਡੀ ਆਫਰ ਲੈਟਰ ਕਿਹੜੀ ਯੂਨੀਵਰਸਿਟੀ ਤੋਂ ਆਈ ਹੋਈ ਹੈ ਬੈਡਫੋਰਡ ਸ਼ਾਇਰ ਤੋਂ ਤੇ ਉਹਦੇ 'ਚ ਕੋਈ ਕੰਡੀਸ਼ਨ ਤਾਂ ਨਹੀਂ ਲੱਗੀ ਕੰਡੀਸ਼ਨਲ ਆਫਰ ਤਾਂ ਨਹੀਂ ਕਿ ਅਨਕੰਡੀਸ਼ਨਲ ਹੈ ਚਲੋ ਇੰਟਰਵਿਊ ਕਲੀਅਰ ਕਰਕੇ ਕੰਡੀਸ਼ਨ ਹਟਾ ਲਓ ਫੀਸ 1 ਈਅਰ ਪੇ ਕਰਨੀ ਹੈ ਜਾਂ 6 ਮਹੀਨੇ ਪੇ ਕਰਨੀ ਹੈ ਤੁਹਾਡੀ ਆਪਣੀ ਮਰਜ਼ੀ ਆ ਫੰਡ ਤੁਹਾਨੂੰ ਹੁਣ ਤੋਂ ਪਾਉਣੇ ਚਾਹੀਦੇ ਆ ਇਹ ਚੀਜ਼ਾਂ ਮੈਂ ਵੀ ਆਪਣੇ ਜਿਹੜੇ ਹਾਂਜੀ ਭਾਜੀ ਫੰਡ ਹੁਣ ਕਰੋਗੇ 28 ਦਿਨ ਪੁਰਾਣੇ ਕਾਰਡ ਨੂੰ ਅੱਗੇ 28 ਦਿਨ ਪੁਰਾਣੇ ਚਾਹੀਦੇ ਨੇ ਜਾ ਕੇ 29ਵੇਂ ਦਿਨ ਤੁਹਾਡੀ ਫਾਈਲ ਮੈਸੀ ਲੱਗਣੀ ਆ ਦੋਸਤ ਅੰਬੈਸੀ ਕਦੀ ਇਹ ਨਹੀਂ ਕਹਿੰਦੀ ਜਦੋਂ ਲੋਡ ਪਈ ਉਦੋਂ ਫੰਡ ਪਾਓ ਫੰਡ ਪਹਿਲਾਂ ਪਵਾ ਕੇ ਰੱਖੋ ਅੰਬੈਸੀ ਕਹਿੰਦੀ ਹੈ ਵੀ ਬੱਚੇ ਦੇ ਕੋਲ ਪੈਸਾ ਜੈਨੂਨ ਹੋਣਾ ਚਾਹੀਦਾ ਉਹ ਹੁਣ ਰਿਵਾਜ਼ ਚੱਲ ਗਿਆ ਪਿਛਲੇ 4-5 ਮਹੀਨੇ ਤੋਂ ਕਿ ਜਦੋਂ ਲੋਡ ਆ ਉਦੋਂ ਪੈਸੇ ਪਾ ਲਓ ਤੁਹਾਡੀ 6 ਸਾਲ ਦੀ ਫੀਸ ਉਹ ਤੁਹਾਡੇ 9 ਮਹੀਨੇ ਦਾ ਰਹਿਣ ਸਹਿਣ ਦਾ ਖਰਚਾ ਲਿਵਿੰਗ ਐਕਸਪੈਂਸਿਸ ਤੁਹਾਡੇ ਅਕਾਊਂਟ 'ਚ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਜਦੋਂ ਲੋਡ ਉਦੋਂ ਪਾਓ ਅੱਜ ਸਾਲ ਦੀ ਫੀਸ ਪੇ ਕਰਨੀ ਹੈ ਤੁਸੀਂ ਬੈਡਫੋਰਡ ਸ਼ਾਇਰ ਪੜ੍ਹਨ ਚੱਲਣਾ ਤੁਹਾਨੂੰ 9,135 ਪਾਉਂਡ ਦਿਖਾਉਣ ਦੀ ਲੋੜ ਹੈ 95 ਰੁਪਈਏ ਰੇਟ ਚੱਲਦਾ ਪਿਆ 94 ਮੈਂ 100 ਰੁਪਏ ਵੀ ਲਾਵਾਂ ਤਾਂ ਵੀ 9 ਲੱਖ ਫੰਡ ਦਿਖਾਉਣ ਦੀ ਲੋੜ ਹੈ ਸੋ ਮੇਰਾ ਛੋਟਾ ਵੀਰ 9 ਲੱਖ ਆਪਣੇ ਅਕਾਊਂਟ 'ਚ ਅੱਜ ਤੋਂ ਪਵਾ ਲਓ ਤਾਂ ਕਿ ਜਦ ਤੱਕ ਤੁਹਾਡੀ ਕੰਡੀਸ਼ਨ ਦੂਰ ਹੋਣੀ ਹੈ ਤਦ ਤੱਕ ਪੈਸੇ 28 ਦਿਨ ਪੁਰਾਣੇ ਹੋ ਜਾਣ ਜੀ ਬਹੁਤ ਔਰ ਫੰਡ ਨੂੰ ਲੈ ਕੇ ਮੈਂ ਫੋਨ ਕੱਟਿਆ ਕਿ ਫਿਰ ਵੀ ਸੁਣ ਲਓ ਫੰਡ ਨੂੰ ਲੈ ਕੇ ਕਿਸੇ ਤਰ੍ਹਾਂ ਜੁਗਾੜਬੰਦੀ ਕਰਨ ਦੀ ਕੋਸ਼ਿਸ਼ ਨਾ ਕਰਿਓ ਵੀ ਵਿੱਚੋਂ 10 ਲੱਖ ਕਰਾ ਕੇ 9 ਲੱਖ ਦੀ FDOD ਲੈ ਲਿਆ ਜਾਂ ਉਹ ਕਰ ਲਿਆ ਕੋਈ ਨਾ ਕਰਿਓ ਆਪਣੇ ਖਾਤੇ ਪੈਸੇ ਪਵਾ ਲਓ ਕਿਸੇ ਕੋਲ ਉਧਾਰੇ ਫੜ ਕੇ ਪਵਾ ਲਓ ਕਿਸੇ ਦੀ ਹੈਲਪ ਲੈ ਕੇ ਰਿਸ਼ਤੇਦਾਰ ਨੂੰ ਤਰਲਾ ਮਿੰਤ ਮਾਰ ਕੇ ਪਵਾ ਲਓ ਬਟ ਤੁਹਾਡੇ ਅਕਾਊਂਟ 'ਚ ਪੈਸੇ ਜੈਨੂਨ ਤੌਰ 'ਤੇ ਅਵੇਲੇਬਲ ਹੋਣੇ ਚਾਹੀਦੇ ਆ ਜਿਹੜੇ ਤੁਸੀਂ ਜਾ ਕੇ ਯੂਕੇ 'ਚ ਖਰਚਣੇ ਆ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਜੀ ਅਗਲੇ ਕਾਲਰ ਸਾਡੇ ਨਾਲ ਲਾਈਨ 'ਤੇ ਨੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਸਵਾਲ ਹੈ ਜੀ ਬੇਟਾ ਕਿਹੜੇ ਸਾਲ 'ਚ ਕੀਤੀ ਹੈ ਗ੍ਰੈਜੂਏਸ਼ਨ ਪਰਸੈਂਟੇਜ ਕੀ ਤੁਹਾਡੀ ਸਰ 7 ਸੀਜੀਪੀ ਔਰ ਆਈਐਲਟਸ ਕੀ ਸਕੋਰ ਹੈ ਸਰ 6 ਬੈਂਡ 1 ਮੋਡਿਊਲ ਤੋਂ 5.5 ਕੀ ਪੁੱਛਣਾ ਚਾਹੁੰਦੇ ਹੋ ਸਵਾਲ ਕੀ ਹੈ ਤੁਹਾਡਾ ਤੁਸੀਂ ਪੈਸਾ ਪਹਿਲਾਂ ਕੋਈ ਨੀ ਦੇਣਾ ਰੱਬ ਨਾ ਕਰੇ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਤੁਸੀਂ ਪੈਸੇ ਦਾ ਕੋਈ ਨੁਕਸਾਨ ਨਹੀਂ ਝੱਲਣਾ ਕਿਉਂਕਿ ਤੁਸੀਂ ਕੋਈ ਕਾਲਜ ਦੀ ਫੀਸ ਕੰਸਲਟੈਂਟ ਦੀ ਫੀਸ ਆਫਰ ਦੀ ਫੀਸ ਜਾਂ ਕੋਈ ਵੀ ABC ਦੇ ਨਾਂ ਤੇ ਪੈਸਾ ਨਹੀਂ ਦੇਣਾ ਪੈਸੇ ਉਸ ਦਿਨ ਜਿਸ ਦਿਨ ਤੁਹਾਡੇ ਪਾਸਪੋਰਟ 'ਤੇ ਵੀਜ਼ਾ ਮਿਲ ਜਾਏਗਾ 2 ਸਾਲ ਦਾ ਡਿਪਲੋਮਾ 3 ਸਾਲ ਦਾ ਵਰਕ ਪਰਮਿਟ ਮਿਲੇਗਾ ਜੇ ਕੱਲ੍ਹ ਤੱਕ ਜਾਂ ਸੋਮਵਾਰ ਤੱਕ ਸਾਡੇ ਜਲੰਧਰ ਮੋਹਾਲੀ ਨਵਾਂਸ਼ਹਿਰ ਦਫ਼ਤਰ 'ਚ ਆ ਕੇ ਡਾਕੂਮੈਂਟ ਨਾਲ ਪੇਰੈਂਟਸ ਨਾਲ ਮਿਲ ਲੈਂਦੇ ਹੋ ਜਨਵਰੀ ਇਨਟੇਕ ਮਿਲ ਜਾਏਗਾ ਕਿਉਂਕਿ ਸਾਡੇ ਕੋਲ 1 ਦਿਨ ਦੇ ਵਿੱਚ ਫਾਸਟ ਟਰੈਕ ਸਰਵਿਸ ਵਿੱਚ 1 ਦਿਨ ਦੇ ਵਿੱਚ ਆਫਰ ਲੈਟਰ ਜਾਰੀ ਹੁੰਦੀ ਹੈ 1 ਦਿਨ ਦੇ ਵਿੱਚ ਅਸੀਂ ਲੈਟਰ ਆਫ ਐਕਸੈਪਟੈਂਸ ਕਾਲਜ ਤੋਂ ਕਢਵਾਈਦਾ GIC ਅਕਾਊਂਟ ਖੁਲਾ ਕੇ ਅਗਰ 7-10 ਦਿਨ ਰਿਸਿਪਟ ਆਉਣ 'ਚ ਜਾਂ ਸਰਟੀਫਿਕੇਟ ਆਉਣ 'ਚ ਲੱਗ ਵੀ ਜਾਵੇ ਤਾਂ ਵੀ 12-13 ਦਿਨ 'ਚ ਫਾਈਲ ਮੈਸੇਜ ਲੱਗ ਸਕਦੀ ਹੈ ਸੋ ਜੇ ਤੁਹਾਡਾ ਕੇਸ ਨਵੰਬਰ ਦੇ ਅਖੀਰ 'ਚ 30 ਤੱਕ ਵੀ ਆਪਾਂ ਮੈਸੇਜ ਪਾ ਦਿੰਦੇ ਹਾਂ ਤਾਂ ਵੀ ਦਸੰਬਰ ਦੇ 25-26 ਦੇ ਲੱਗ ਸਕੇ ਤੁਹਾਡਾ ਵੀਜ਼ਾ 20 ਦਿਨ 'ਚ ਲੱਗ ਕੇ ਆ ਜਾਣਾ ਤੁਹਾਡੇ ਪ੍ਰੋਫਾਈਲ 'ਚ ਕੋਈ ਕਮੀ ਨਹੀਂ ਡਰਨ ਦੀ ਜ਼ਰੂਰਤ ਨਹੀਂ ਫਰੈਸ਼ ਪਾਸ ਆਊਟ ਹੋ ਪਰਸੈਂਟੇਜ ਬਹੁਤ ਵਧੀਆ ਹੈ ਬੈਂਡ ਬਹੁਤ ਵਧੀਆ ਹੈ ਸ਼ਰਤ ਇੱਕੋ ਹੀ ਹੈ ਕਿ ਤੁਹਾਡੀ ਫਾਈਲ SDS 'ਚ ਨਹੀਂ ਲੱਗੇਗੀ ਨੋਨ SDS 'ਚ ਲੱਗੇਗੀ ਹੋਰ ਕੋਈ ਫਰਕ ਨਹੀਂ ਹੈ ਘਬਰਾਉਣ ਦੀ ਜ਼ਰੂਰਤ ਨਹੀਂ ਵੀਜ਼ਾ ਦੇ ਕਾਫੀ ਚਾਂਸਸ ਨੇ ਤੁਹਾਡੇ
ਸੋ ਇੱਦਾਂ ਦੀ ਅੱਜ ਬਥੇਰੀਆਂ ਕਾਲਸ ਸਾਨੂੰ, ਮੈਂ ਕੱਲ੍ਹ ਵੀ ਇੱਕ ਲਾਈਵ ਸ਼ੋਅ ਕਰ ਰਿਹਾ ਸੀ ਕਿਤੇ, ਉੱਥੇ ਵੀ ਮੈਨੂੰ ਲੱਗਦਾ 90% ਕਾਲਸ ਸਾਡੇ ਪਿੰਡ ਵਾਲੇ ਬੱਚਿਆਂ ਦੀ ਆ ਰਹੀ ਸੀ। ਰਣਵੀਰ ਭਾਅ ਜੀ, ਪੰਜਾਬ ਦੇ ਵਿੱਚ ਨਾ ਤਕਰੀਬਨ ਮੇਰੇ ਆਈਡੀਆ ਮੁਤਾਬਕ 70% ਲੋਬੀ ਇਹੋ ਜਿਹੀ ਬੈਠੀ ਬੱਚਿਆਂ ਦੀ ਜਿਹਨਾਂ ਦੇ ਆਇਲਸ ਓਵਰਆਲ 6 ਤਾਂ ਹੈਗੇ ਆ, ਪਰ 3-4 ਵਾਰ ਪੇਪਰ ਦੇਣ ਦੇ ਬਾਵਜੂਦ 1-5 ਰਹਿ ਜਾਂਦੇ ਆ। ਬਹੁਤੇ ਬੱਚੇ ਪੰਜਾਬ ਦੇ ਰੀਡਿੰਗ 'ਚੋਂ ਮਾਰ ਖਾਂਦੇ ਆ, ਅਤੇ ਰੀਡਿੰਗ 'ਚੋਂ ਵਾਰ ਵਾਰ ਪੇਪਰ ਦੇਣ ਦੇ ਬਾਵਜੂਦ ਟਾਈਮ ਨਹੀਂ ਸ਼ਡਿਊਲ ਕਰ ਪਾਉਂਦੇ, 5-5 ਰਹਿ ਜਾਂਦੇ। ਤੁਹਾਨੂੰ ਲੱਗਦਾ ਕਿ ਜੇ 6 ਬੈਂਡ ਈਚ ਨਹੀਂ ਹੈਗੇ, SGS ਕੈਟਾਗਰੀ 'ਚ ਕੇਸ ਨਹੀਂ ਲੱਗਣਾ ਅਤੇ ਮੇਰਾ ਵੀਜ਼ਾ ਨਹੀਂ ਆਉਣਾ। RS ਗਲੋਬਲ ਇਮੀਗ੍ਰੇਸ਼ਨ ਦੇ ਫੇਸਬੁੱਕ ਪੇਜ 'ਤੇ ਜਾ ਕੇ ਹੁਣ ਤੱਕ ਤਕਰੀਬਨ 50 ਵੀਜ਼ੇ ਲੱਗੇ ਪਿਛਲੇ 2 ਮਹੀਨੇ 'ਚ, ਤੁਸੀਂ ਦੇਖ ਸਕਦੇ ਹੋ, ਜਿਨ੍ਹਾਂ 'ਚ ਬੱਚੇ ਦੇ 1 ਵਾਰ 2 ਵਾਰ 3 ਵਾਰ ਰਿਫਿਊਜ਼ਲ ਤੋਂ ਬਾਅਦ ਵੀ 1 ਮੋਡਿਊਲ 'ਚੋਂ 5.5 ਬੈਂਡ ਦੇ ਬੱਚੇ ਹੀ ਵੀਜ਼ੇ ਲਵਾਏ। ਔਰ ਇਹਦੇ 'ਚ ਓਪਨਲੀ ਚੈਲੰਜ, ਓਪਨਲੀ ਦਾਵਾ ਵਾਅਦਾ ਰਿਕਾਰਡਿੰਗ ਕਰਕੇ ਰੱਖ ਲਿਓ, ਪੈਸੇ ਉਸ ਦਿਨ ਜਿਸ ਦਿਨ ਤੁਹਾਡਾ ਵੀਜ਼ਾ ਲੱਗੇਗਾ। ਜਲੰਧਰ, ਮੋਹਾਲੀ, ਨਵਾਂਸ਼ਹਿਰ ਕਿਸੇ ਬਰਾਂਚ ਜਾਂਦੇ ਹੋ, ਪਹਿਲਾਂ ਕੋਈ ਆਫਰ ਦੀ ਫੀਸ, ਕੋਈ ਪ੍ਰੋਸੈਸਿੰਗ ਫੀਸ, ਕੋਈ ਕਾਲਜ ਦੀ ਟਿਊਸ਼ਨ ਫੀਸ ਪੇ ਕਰਨ ਦੀ ਲੋੜ ਨਹੀਂ, ਕੇਵਲ ਆਪਣਾ GIC ਅਮਾਊਂਟ ਪੇ ਕਰਨਾ। ਜਿਹੜਾ ਬੱਚਾ ਪਹਿਲਾਂ ਰਿਫਿਊਜ਼ ਹੋ ਕੇ ਆਇਆ ਉਹਦਾ GIC ਪੇਡ ਆ, ਉਹ ਵੀ ਪੇ ਕਰਨ ਦੀ ਲੋੜ ਨਹੀਂ, ਔਰ ਇਹ ਫਿੰਗਰਪ੍ਰਿੰਟ ਬਾਇਓਮੈਟ੍ਰਿਕਸ ਹੋ ਚੁੱਕੇ ਨੇ, ਉਹਦੀ ਫੀਸ ਉਹ ਵੀ ਫੀਸ ਦੇਣ ਦੀ ਲੋੜ ਨਹੀਂ, ਕੇਵਲ $150 ਆਪਣੀ ਅੰਬੈਸੀ ਫੀਸ ਪੇ ਕਰਕੇ ਬੱਚੇ ਨੇ ਕੇਸ ਅੰਬੈਸੀ ਪੇ ਲਾ ਦੇਣਾ। ਜੇ ਕੋਈ ਬੱਚਾ ਕਹਿੰਦਾ ਮੇਰੇ ਘਰ ਦੇ $150 ਵੀ ਨਹੀਂ ਦਿੰਦੇ, ਰੁਪਈਆ ਵੀ ਨਹੀਂ ਖਰਚ ਸਕਦੇ, ਉਹ ਵੀ ਮੈਂ ਆਪਣੇ ਪੱਲਿਓਂ ਲਾ ਦੂੰ, ਪੈਸੇ ਉਸ ਦਿਨ ਜਿੱਦਣ ਤੁਹਾਡਾ ਵੀਜ਼ਾ ਲੱਗੇ। ਚਲੋ, ਬਹੁਤ ਅੱਛਾ ਜੀ, ਇਹ ਸਰਵਿਸ ਸ਼ੁਰੂ ਹੋ ਗਈ ਪੰਜਾਬ ਦੇ ਵਿੱਚ ਕਾਫੀ ਕੰਪਨੀਆਂ ਵੱਲੋਂ। ਹੈਲੋ ਜੀ। ਹੈਲੋ ਹੈਲੋ, ਹਾਂਜੀ ਰਾਜੇ, ਕੀ ਸਵਾਲ ਹੈ? ਹਾਂਜੀ ਸਰ, ਮੈਂ ਅਮਨ ਬੋਲ ਰਹੀ ਹਾਂ ਲੁਧਿਆਣੇ ਤੋਂ। ਹਾਂਜੀ ਅਮਨ ਜੀ, ਕੀ ਸਵਾਲ ਹੈ? ਸਰ, ਮੈਂ ਲਾਸਟ ਈਅਰ ਆਪਣੀ ਬੀਕੌਮ ਕਰ ਲਈ ਹੈ, ਔਰ ਮੇਰਾ ਨਾ 2 ਵਾਰ ਵੀਜ਼ਾ ਰਿਫਿਊਜ਼ ਹੋ ਚੁੱਕਿਆ। ਇੱਕ ਵਾਰ ਤਾਂ ਇਸੇ ਸਾਲ ਮਈ ਇੰਟੇਕ ਦਾ, ਔਰ ਇਸ ਸਾਲ ਵੀ ਮੇਰਾ ਜਨਵਰੀ ਇੰਟੇਕ ਦਾ। ਤੁਸੀਂ ਦੱਸੋ ਤੁਹਾਡੇ ਆਇਲਟਸ ਦੇ ਕਿੰਨੇ ਸਕੋਰ ਹੈ, ਬੈਂਡਸ ਕਿੰਨੇ ਤੁਹਾਡੇ? ਸਰ, ਮੇਰੀ ਆਇਲਟਸ ਦੀ ਰਿਕੁਆਇਰਮੈਂਟ ਹੋ ਰਹੀ ਹੈ 6.5 ਓਵਰਆਲ ਨੇ ਈਚ ਟੈਸਟ। ਜਿਹੜਾ ਤੁਹਾਡਾ 2 ਵਾਰ ਰਿਫਿਊਜ਼ ਹੋਇਆ ਉਦੋਂ ਤੁਹਾਡੇ 5.5 ਬੈਂਡ ਵੀ ਸੀ ਮੋਡਿਊਲ ਚੋਂ ਕਿਸੇ ਚੋਂ? ਹਾਂਜੀ, ਜਦੋਂ ਤੁਹਾਡਾ 2 ਵਾਰ ਰਿਫਿਊਜ਼ ਹੋ ਚੁੱਕਾ ਪਹਿਲਾਂ ਜਿਹੜਾ, ਉਦੋਂ ਤੁਹਾਡੇ ਕਿਸੇ ਮੋਡਿਊਲ ਚੋਂ 5.5 ਵੀ ਸੀ? ਅੱਛਾ, ਤੇ ਤੁਸੀਂ ਕੋਰਸ ਕਿਹੜਾ ਲਿਆ ਸੀ ਬੀਕੌਮ ਤੋਂ ਬਾਅਦ? ਕਿਹੜਾ ਡਿਪਲੋਮਾ? HRM, ਹਿਊਮਨ ਰਿਸੋਰਸ ਮੈਨੇਜਮੈਂਟ। ਔਰ ਕਿਹੜਾ ਕਾਲਜ ਸੀ ਬੇਟਾ? ਪਰਸੈਂਟੇਜ ਤੁਹਾਡੀ, ਪਰਸੈਂਟੇਜ ਕਿੰਨੀ ਗ੍ਰੈਜੂਏਸ਼ਨ ਚੋਂ? ਔਰ ਜਿਹੜਾ ਤੁਸੀਂ ਬੀਕੌਮ ਚ ਸਬਜੈਕਟ ਪੜ੍ਹਿਆ ਹੋਏਗਾ ਬਿਜ਼ਨਸ ਦਾ ਜਾਂ ਮੈਨੇਜਮੈਂਟ ਦਾ ਜਾਂ HR ਦਾ, ਉਹਦੀ ਪਰਸੈਂਟੇਜ 55 ਤੋਂ ਉੱਪਰ ਸੀਗੀ? ਅਮਨ, ਜਿੰਨਾ ਕੁ ਮੈਂ ਤੁਹਾਡੇ ਕੇਸ ਨੂੰ ਸਮਝ ਪਾ ਰਿਹਾ ਬਿਨਾਂ ਡਾਕੂਮੈਂਟ ਦੇਖੇ, ਜਿਹੜਾ ਤੁਸੀਂ ਕੋਰਸ ਚੂਜ਼ ਕੀਤਾ, ਮੇ ਬੀ ਜਿਹੜੇ ਉਹ ਕੋਰਸ ਜਿਹੜੇ ਤੁਹਾਡੇ ਸਬਜੈਕਟ ਦੇ ਬੇਸ 'ਤੇ ਹੈ ਉਹ 'ਚੋਂ ਤੁਹਾਡੇ ਨੰਬਰ 55% ਘੱਟ ਹੋਣਗੇ, ਜਾਂ ਫਿਰ ਸਟੇਟਮੈਂਟ ਨੂੰ ਪਰਪਜ਼ ਰਾਹੀਂ ਉਹਦੀ ਜਿਹੜੀ ਵੀਕਨੈਸ ਨੂੰ ਦੱਸਿਆ ਨਹੀਂ ਗਿਆ ਹੋਊਗਾ ਕਿ ਮੈਂ ਹੁਣ ਕਿ ਕੋਰਸ ਕਿਉਂ ਚੂਜ਼ ਕਰਨਾ ਚਾਹੁੰਦੀ ਹਾਂ, ਕਿਉਂਕਿ ਬਹੁਤੇ ਕੰਸਲਟੈਂਟ ਨੂੰ ਲੱਗਦਾ ਵੀ SGS ਕੈਟਾਗਰੀ ਦੇ ਵਿੱਚ ਚੈੱਕਲਿਸਟ ਦੇ ਮੁਤਾਬਕ SOP ਲਗਾਉਣ ਦੀ ਲੋੜ ਨਹੀਂ। ਬਟ ਮੇਰਾ ਇਹ ਮੰਨਣਾ, ਮੇਰਾ ਆਪਣਾ ਜਾਤੀ ਨਿੱਜੀ ਤਜਰਬਾ, ਮੇਰਾ ਆਪਣੀ ਟੀਮ ਦਾ ਤਜਰਬਾ ਹੈ ਕਿ ਜਿਹੜੀ ਸਟੇਟਮੈਂਟ ਨੂੰ ਪਰਪਜ਼ ਆ ਕਿਸੇ ਵੀ ਕੇਸ ਦੀ ਬੈਕ ਬੋਨ, ਮੇਨ ਉਹਦੀ ਜੜ ਹੁੰਦੀ ਹੈ, ਮੇਨ ਉਹਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਤੁਹਾਡੇ ਕੇਸ ਵਿੱਚ ਕੋਈ ਕਮੀ ਹੈ, ਨੰਬਰ ਘੱਟ ਹੈ ਜਾਂ 1 ਵਾਰ ਰਿਫਿਊਜ਼ ਹੈ ਜਾਂ ਬੈਂਡ ਘੱਟ ਹੈ ਜਾਂ ਕੁਛ ਵੀ, ਜਾਂ ਤੁਸੀਂ ਕੋਰਸ ਉਹ ਲੈ ਰਹੇ ਹੋ ਜੋ ਤੁਹਾਡੀ ਪੜ੍ਹਾਈ ਦੇ ਨਾਲ ਰੈਲੀਵੈਂਟ ਨਹੀਂ ਵੀ ਹੈਗਾ, ਸਟੇਟਮੈਂਟ ਪਰਪਜ਼ ਦੇ ਜ਼ਰੀਏ ਤੁਸੀਂ ਵੀਜ਼ਾ ਆਫਿਸ ਨੂੰ ਕਨਵਿੰਸ ਕਰ ਸਕਦੇ, ਕਿਉਂਕਿ ਕੈਨੇਡਾ ਵਿੱਚ ਕਿਸ ਤਰ੍ਹਾਂ ਦੀ ਕੋਈ ਇੰਟਰਵਿਊ ਨਹੀਂ ਆਉਂਦੀ, ਬੱਚੇ ਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ, ਸਿਰਫ ਆਪਣੀ SOP ਦੇ ਜ਼ਰੀਏ ਬੱਚਾ ਦੱਸ ਸਕਦਾ ਕਿ ਮੈਂ ਇੱਕ ਜੈਨੂਅਨ ਸਟੂਡੈਂਟ ਹਾਂ, ਇਹ ਵਾਲਾ ਕੋਰਸ ਮੈਂ ਕਿਉਂ ਚੂਜ਼ ਕੀਤਾ ਔਰ ਮੇਰੀ ਅੱਗੇ ਫਿਊਚਰ ਪਲਾਨਸ ਕੀ ਹੈਗੇ ਨੇ। ਜੇ ਤੁਹਾਡੇ ਅੱਜ ਵੀ 6 ਬੈਂਡ ਈਚ ਹੈਗੇ ਨੇ, ਘਬਰਾਉਣ ਦੀ ਕੋਈ ਲੋੜ ਨਹੀਂ ਬੇਟਾ, ਸਾਡੇ ਕੋਲੋਂ 6 ਵਾਰ ਰਿਫਿਊਜ਼ਲ ਹੋਏ ਬੱਚੇ ਇੰਦਰਜੀਤ ਸਿੰਘ ਦਾ ਵੀਜ਼ਾ ਸਾਡੇ ਫੇਸਬੁੱਕ 'ਤੇ ਅੱਗੇ ਵੇਖ ਸਕਦੇ ਹੋ। ਜੇ ਤੁਹਾਡੇ 6 ਬੈਂਡ ਈਚ ਹੈ, ਮੈਂ ਤੁਹਾਨੂੰ ਜਨਵਰੀ ਇਨਟੇਕ 'ਚ ਹੀ ਵੀਜ਼ਾ ਲਾ ਕੇ ਦੇਣ ਦਾ ਦਾਅਵਾ ਕਰਦਾ, ਪੈਸੇ ਉਸ ਦਿਨ ਲਊਂਗਾ ਜਿੱਦਾਂ ਤੁਹਾਡੇ ਕੋਲ ਵੀਜ਼ਾ ਲੱਗ ਜਾਏਗਾ। ਲੁਧਿਆਣੇ ਤੋਂ ਬੋਲ ਰਹੇ ਹੋ, ਜਲੰਧਰ ਦਫ਼ਤਰ ਨੇੜੇ ਪਏਗਾ, ਕੱਲ੍ਹ ਨੂੰ ਜਾ ਕੇ ਉੱਥੇ 10 ਵਜੇ ਤੋਂ ਲੈ ਕੇ 4 ਵਜੇ ਤੱਕ 5 ਤੱਕ ਜਦੋਂ ਮਰਜ਼ੀ ਪੁਰਾਣੀ ਰਿਫਿਊਜ਼ਲ ਡਾਕੂਮੈਂਟ ਲੈ ਕੇ ਆਫਿਸ ਆ ਕੇ ਮਿਲੋ, ਤਾਂ ਕਿ ਜਨਵਰੀ ਡੇਟ 'ਚ ਤੁਹਾਨੂੰ ਜਿਹੜੀ ਲਾਸਟ ਕਾਲ ਕੀਤੀ ਜਾ ਰਹੀ ਜਨਵਰੀ ਡੇਟ 'ਚ ਤੁਹਾਨੂੰ 10 ਦਿਨ ਦੇ ਵਿੱਚ ਕੇਸ ਅਪਲਾਈ ਕਰਕੇ ਅੰਬੈਸੀ 'ਚ, ਐਂਡ ਤੁਹਾਡਾ 45 ਦਿਨ 'ਚ ਵੀਜ਼ਾ ਲਿਆ ਜਾ। ਜੀ, LLB ਬਾਰੇ ਬਹੁਤ ਬੱਚੇ ਪੁੱਛ ਰਹੇ ਨੇ ਜੀ, UK 'ਚ ਕੀ ਸਕੋਪ ਹੈ, ਵੀਜ਼ਾ ਲੱਗੇਗਾ ਨਹੀਂ ਲੱਗੇਗਾ, ਕੀ ਇਹ ਡਿਗਰੀਆਂ ਮਿਲਦੀਆਂ ਉੱਥੇ? ਲਾਅ ਦੀ ਡਿਗਰੀਆਂ ਬਹੁਤੀ ਯੂਨੀਵਰਸਿਟੀ 'ਚ ਅਵੇਲੇਬਲ ਨਹੀਂ ਹੈਗੀ, ਵੈਸੇ ਜਿਹੜਾ ਸਾਡਾ ਇੰਡੀਆ ਦਾ, ਭਾਰਤ ਦਾ ਜਿਹੜਾ ਸੰਵਿਧਾਨ ਆ, ਕਾਨੂੰਨ ਆ, ਉਹ ਬੇਸਿਕਲੀ ਮੋਸਟਲੀ UK ਬੇਸਡ ਹੀ ਹੈ, UK ਦੇ ਨਾਲ ਰਲਦਾ ਮਿਲਦਾ।
ਬਟ ਫਿਲਹਾਲ ਯੂਨੀਵਰਸਿਟੀ ਵਿੱਚ ਲਾਅ ਦੀ ਜਿਹੜੀ ਡਿਗਰੀ ਆ ਅਵੇਲੇਬਲ ਨਹੀਂ ਹੈਗੀ। ਮੈਂ ਨਹੀਂ ਇਹੋ ਜਿਹੀ ਯੂਨੀਵਰਸਿਟੀ ਹਾਲ ਤੱਕ ਵੇਖੀ ਜਿੱਥੇ ਕੋਈ ਲਾਅ ਦਾ ਪ੍ਰੋਗਰਾਮ ਮੈਂ ਕਿਸੇ ਬੱਚੇ ਨੂੰ ਆਫਰ ਕੀਤਾ ਹੋਵੇ। ਬਟ ਫਿਰ ਵੀ ਪਰਟੀਕੁਲਰ ਮੈਂ ਇੱਥੇ ਓਪਨਲੀ ਕੁਝ ਗਲਤ ਇਨਫੋਰਮੇਸ਼ਨ ਦੇਣਾ ਚਾਹੁੰਦਾ, ਮੇ ਬੀ ਹੋ ਸਕਦਾ ਕੋਈ ਯੂਨੀਵਰਸਿਟੀ ਆਫਰ ਕਰਦੀ ਹੋਵੇ। ਜੇ ਤੁਸੀਂ ਡਾਕੂਮੈਂਟ ਆਪਣੇ ਮੈਨੂੰ ਮੇਲ ਕਰ ਦਿਓ rahi@rsglobalimmigration.com rahi@rsglobalimmigration.com ਤੇ ਮੇਲ ਕਰ ਦਿਓ। ਆਰ ਐਲ ਸੈਂਡ ਇਟ ਟੂ ਦਾ ਯੂਨੀਵਰਸਿਟੀ ਐਂਡ ਜੋ ਵੀ ਲਾਅ ਦੇ ਰਿਲੇਟਡ ਪ੍ਰੋਗਰਾਮਸ ਅਵੇਲੇਬਲ ਹੋਣਗੇ ਮੈਂ ਤੁਹਾਨੂੰ ਫਾਰਵਰਡ ਕਰ ਦਾਂਗਾ, ਫਿਰ ਤੁਸੀਂ ਆਪਣਾ ਕੇਸ ਸਾਡੇ ਤੋਂ ਸ਼ੁਰੂ ਕਰ ਸਕਦੇ। ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਆਪਣੀ ਬੇਟੀ ਵਾਸਤੇ ਪਤਾ ਕਰਨਾ ਸੀ, ਮੈਂ ਇਨਟੇਕ ਵਾਸਤੇ ਪਲੱਸ 2 ਕੀਤੀ ਹੈ ਉਹਨਾਂ ਨੇ ਜੀ। ਪਰਸੈਂਟੇਜ ਕਿੰਨੀ ਜੀ ਪਲੱਸ 2 ਚੋਂ, ਰਾਇਲਸ ਕੀ ਸਕੋਰ ਹੈ ਵੀ ਦੱਸ ਦਿਓ। ਸਰ ਸੁਪਰ ਮੈਡੀਕਲ ਦੇ ਵਿੱਚੋਂ 90% ਸਕੋਰ ਨੰਬਰ ਨੇ ਜੀ, 7.5 ਉਹਦੇ ਸਕੋਰ ਨੇ। ਵੈਰੀ ਗੁੱਡ। ਔਰ ਕੋਈ ਏਰੀਆ ਪ੍ਰੈਫਰੈਂਸ ਜੀ, ਕੋਈ ਏਰੀਆ ਪ੍ਰੈਫਰੈਂਸ ਭਾਜੀ? ਹਾਂ ਸਰ, ਓਨਟਾਰੀਓ ਸਰ। ਮੈਂ ਸੋਚ ਹੀ ਰਿਹਾ ਸੀ ਉਹੀ ਹੋਣਾ, ਟੋਰੋਂਟੋ ਜਾਂ ਬਰੈਂਪਟਨ। ਐਨੀਵੇਸ ਕੋਈ ਦਿੱਕਤ ਨਹੀਂ ਭਾਜੀ, ਮਈ ਦੇ ਦਾਖਲੇ ਸ਼ੁਰੂ ਹੋ ਚੁੱਕੇ ਨੇ, ਕਾਲਜਸ ਨੇ ਆਫਰਸ ਅਸੈਪਟ ਕਰਨੀਆਂ ਸ਼ੁਰੂ ਕਰਤੀਆਂ ਨੇ। ਲਗਭਗ 30 ਨਵੰਬਰ ਤੋਂ ਬਾਅਦ ਆਫਰਸ ਹੋਣੀਆਂ ਵੀ ਸ਼ੁਰੂ ਹੋ ਜਾਣੀਆਂ ਨੇ। ਸਾਡੇ ਕੋਲ ਓਨਟੈਰੀਓ 'ਚ ਤਕਰੀਬਨ 14 ਤੋਂ 15 ਇਹੋ ਜਿਹੇ ਕਾਲਜ ਹੈਗੇ ਜਿੱਥੇ ਤੁਹਾਡਾ ਬੱਚਾ ਅੱਗੇ ਪੜ੍ਹਨ ਜਾ ਸਕਦਾ। ਜੇ ਤੁਹਾਡੇ ਮੈਥੇਮੈਟਿਕਸ 'ਚ ਨੰਬਰ ਚੰਗੇ ਆ, ਆਈ ਟੀ ਦਾ ਕੋਰਸ ਲਿਆ ਜਾ ਸਕਦਾ। ਜੇ ਬਾਇਓ ਬੇਸ ਦੇ ਨੰਬਰ ਚੰਗੇ ਨੇ ਤਾਂ ਮੈਡੀਕਲ ਰਿਲੇਟਡ ਪ੍ਰੋਗਰਾਮ ਲਏ ਜਾ ਸਕਦੇ ਨੇ। ਸੋ ਮੇਰੀ ਤੁਹਾਨੂੰ ਦਰਖਾਸਤ ਆ ਕਿ ਜਿੱਥੇ ਲਾਈਵ ਸ਼ੋਅ 'ਚ ਤੁਸੀਂ ਕਾਲ ਕਰਨ ਦੀ ਮਤਲਬ ਤੁਹਾਡਾ ਧੰਨਵਾਦ। ਪਰ ਇੱਕ ਵਾਰ ਨੇੜੇ ਜਿਹੜੇ ਬ੍ਰਾਂਚ ਤੋਂ ਜਲੰਧਰ ਮੋਹਾਲੀ ਜਾਂ ਨਵਾਂਸ਼ਹਿਰ ਪੈਂਦਾ, ਉੱਥੇ ਆ ਕੇ ਇੱਕ ਵਾਰ ਸਲਾਹ ਮਸ਼ਵਰਾ ਜ਼ਰੂਰ ਕਰ ਲਿਓ ਤਾਂ ਕਿ ਤੁਹਾਡੀ ਬੇਟੀ ਨੂੰ ਮਿਲ ਕੇ ਉਹਦੇ ਡਾਕੂਮੈਂਟ ਵੇਖ ਕੇ, ਨੰਬਰ ਵੇਖ ਕੇ ਇੱਕ ਸਹੀ ਕੋਰਸ ਬਾਰੇ ਔਰ ਸਹੀ ਕਾਲ ਬਾਰੇ ਗਾਈਡ ਕੀਤਾ ਜਾ ਸਕੇ। ਵੈਰੀ ਪਰਫੈਕਟ ਕੇਸ, ਬਹੁਤ ਵਧੀਆ ਕੇਸ ਤੁਹਾਡੇ ਬੱਚੇ ਦਾ। ਮਾਈਨ ਟੇਕ 'ਚ ਪੜ੍ਹਨ ਜਾਣਾ ਚਾਹੁੰਦੇ ਹੋ, ਸਾਲ ਦੀ ਫੀਸ ਲਗਭਗ 15 ਤੋਂ ਲੈ ਕੇ $16-17 ਜਾਏਗੀ, ਉਹ ਬੱਚੇ ਨੇ ਪੇ ਕਰਨੀ ਆਪਣੇ ਕੋਲੋਂ। GST $10,200 ਜਾਏਗਾ, ਟੋਟਲ ਲਗਭਗ 13 ਤੋਂ ਲੈ ਕੇ 15 ਲੱਖ ਤੱਕ ਖਰਚ ਆਏਗਾ। ਇਹ ਬਜਟ ਦੇ ਤੁਹਾਡੇ ਕੋਲ ਹੈ ਤਾਂ ਤੁਸੀਂ ਮੇਰੇ ਦਫ਼ਤਰ ਆ ਕੇ ਕੈਨੇਡਾ ਆਪਣੇ ਬੱਚੇ ਦਾ ਫਰਦਰ ਪ੍ਰੋਸੈਸ ਸ਼ੁਰੂ ਕਰ ਸਕਦੇ। ਬਹੁਤ ਮਿਹਰਬਾਨੀ ਜੀ ਕਾਲ ਕਰਨ ਦੀ। ਸਭ ਜਿਸ ਤਰ੍ਹਾਂ 5-7 ਸਾਲ ਪਹਿਲਾਂ ਕੈਨੇਡਾ ਦੀ ਜਦੋਂ ਗੱਲ ਹੁੰਦੀ ਸੀ, ਸੈਪਟੈਂਬਰ ਹੁੰਦਾ ਸੀ, ਜਨਵਰੀ 'ਚ ਬੱਚੇ ਜਾਂਦੇ ਨਹੀਂ ਸੀ, ਬਹੁਤ ਥੋੜ੍ਹੇ ਸੀ। ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਫਰਕ ਨਹੀਂ ਰਿਹਾ, ਹੁਣ ਤਾਂ ਬੱਚਾ ਕਹਿੰਦਾ ਮੈਨੂੰ ਕੋਈ ਇਨਟੇਕ ਦੇ ਦਿਓ, ਮੈਂ ਕੈਨੇਡਾ ਜਾਣਾ। ਨਹੀਂ ਉਹ ਤਾਂ ਠੀਕ ਆ ਰਣਬੀਰ ਭਾਅ ਜੀ, ਬਟ ਪ੍ਰੋਬਲਮ ਇਹ ਤਾਂ ਮਈ ਇਨਟੇਕ ਅੱਜ ਵੀ ਛੋਟਾ, ਅੱਜ ਵੀ ਮੇਜਰ ਜਿਹੜੇ ਕੋਰਸਿਸ ਆ ਉਹ ਸਪਤੰਬਰ ਜਾਂ ਜਨਵਰੀ 'ਚ ਅਵੇਲੇਬਲ ਹੁੰਦੇ, ਮਈ 'ਚ ਬਹੁਤੇ ਕੋਰਸ ਅਵੇਲੇਬਲ ਹੁੰਦੇ ਨੇਗੇ। ਬਟ ਯੈਸ, ਹੁਣ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਵੈਸੇ ਬੱਚਾ ਰਾਤ ਨੂੰ ਸੌਂਦਾ ਜਲੰਧਰ ਅੰਬਰਸਰ ਜਾਂ ਕਿਸੇ ਗੁਰਦਾਸਪੁਰ ਦੇ ਪਿੰਡ ਦੇ ਕਮਰੇ 'ਚ ਰਾਤ ਨੂੰ ਘੁੰਮਦਾ ਨਿਆਗਰਾ ਫਾਲ 'ਤੇ ਜਾਂ ਸਰੀ ਦੇ ਸ਼ਹਿਰਾਂ ਵਿੱਚ ਆ, ਕਿਉਂਕਿ ਸੁਪਨੇ ਦੀ ਦੂਰੀ ਉਹਦੀ ਕੈਨੇਡਾ ਵਸੀ ਹੋਈ। ਤਾਂ ਡੈਫੀਨੇਟਲੀ ਯੈਸ, ਬੱਚਿਆਂ ਦਾ ਕਰੇਜ਼ ਵੱਧਦਾ ਜਾ ਰਿਹਾ। ਬਟ ਹੁਣ ਜਿਵੇਂ ਆਪਾਂ ਯੂਕੇ ਦੀ ਗੱਲ ਕਰਨੀ, ਫਿਰ ਮੈਂ ਭੁੱਲ ਨਾ ਜਾਵਾਂ ਕਿਤੇ ਦੋਸਤੋ, ਜਨਵਰੀ ਇਨਟੇਕ ਦੇ ਦਾਖਲੇ RS ਗੋਬਲ ਨੇ ਲੈਣੇ ਬੰਦ ਕਰ ਦਿੱਤੇ ਨੇ। ਜੇ ਤੁਹਾਡੇ ਕੋਲ ਫੰਡ ਪੁਰਾਣੇ ਹੈਗੇ ਆ, 2017-18-19 ਪਾਸ ਆਊਟ ਹੋ, ਜਸਟੀਫਿਕੇਸ਼ਨ ਨਾਲ ਵੀਜ਼ਾ ਲੈ ਸਕਦੇ ਹੋ। ਵਿਦਾਊਟ ਆਇਲਸ ਕੇਵਲ ਉਹੀ ਬੱਚਾ ਆਵੇ ਜਿਹਦੇ ਨੰਬਰ 60-70% ਉੱਪਰ ਹੈ। ਕਈ ਯੂਨੀਵਰਸਿਟੀ 'ਚ ਜੇ ਤੁਹਾਡੇ ਨੰਬਰ 70%, 75% ਹੈ, £2,000 ਤੋਂ ਲੈ ਕੇ £3,500 ਤੱਕ ਦੀ ਸਕੋਲਰਸ਼ਿਪ ਦੇ ਰਹੇ ਹਾਂ। ਜਿਵੇਂ ਯੂਨੀਵਰਸਿਟੀ ਵੋਲਰਹੈਂਪਟਨ ਦੀ ਗੱਲ ਕਰਾਂ ਤਾਂ ਤਕਰੀਬਨ £3,500 ਤੱਕ ਦੀ ਸਕੋਲਰਸ਼ਿਪ ਹੈ। ਹੋਰ ਵੀ ਕਈ ਹੋਰ ਯੂਨੀਵਰਸਿਟੀ ਸਾਡੇ ਕੋਲ ਅਵੇਲੇਬਲ ਆ ਜਿਨ੍ਹਾਂ 'ਚ ਬੱਚੇ ਨੂੰ ਪੜ੍ਹਾਈ ਦੇ ਵਿੱਚ £3,500 ਦੇ ਕਿ 3.25 ਲੱਖ ਰੁਪਏ ਦੀ ਫੀਸ ਵਿੱਚ ਛੋਟ ਮਿਲ ਰਹੀ ਹੈ। ਜੇ ਫੀਸ £12,000 ਹੈ ਤਾਂ ਤਕਰੀਬਨ £8,500 ਤੱਕ ਬੱਚਾ ਪੇ ਕਰਕੇ ਜਾ ਸਕਦਾ। ਜੇ ਬੱਚਾ ਘੱਟ ਪੈਸੇ ਖਰਚ ਕੇ ਜਾਣਾ ਚਾਹੁੰਦਾ, £3,000 ਜਾਂ £2,000 ਜਾਂ £2,500 ਜਿਹੜੇ ਕਿ 1.5-2 ਲੱਖ ਰੁਪਇਆ ਫੀਸ ਪੇ ਕਰਕੇ ਵੀ ਕੈਸ਼ ਲੈਟਰ ਲਿਆ ਜਾ ਸਕਦਾ। ਬੱਚਾ ਉੱਥੇ ਜਾ ਕੇ ਬਕਾਇਆ ਫੀਸ ਭਰ ਸਕਦਾ ਆਪਣੇ ਬਜਟ ਮੁਤਾਬਕ, ਆਪਣੇ ਪਸੰਦੀਦਾ ਸ਼ਹਿਰ ਮੁਤਾਬਕ। ਅਗਰ UK ਪੜ੍ਹਨ ਜਾਣਾ ਚਾਹੁੰਦੇ ਹੋ, ਪ੍ਰੋਫਾਈਲ ਤੁਹਾਡੀ ਸੋਹਣੀ ਹੈ, ਪੜ੍ਹਾਈ 'ਚ ਚਾਰ ਗੈਰ 300 ਤੋਂ ਜ਼ਿਆਦਾ ਨਹੀਂ ਆ, ਤਾਂ RS ਗੋਬਲ ਤੁਹਾਡੇ ਲਿਖੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਸਰ, ਮੈਂ ਨਾ ਲੋਕਾਂ ਨਾਲ ਗੱਲ ਕਰ ਰਿਹਾ ਹਾਂ। ਬੋਲੋ ਜੀ। ਤੇ ਸਰ, ਮੈਂ ਇੱਕ 2018 ਚ ਪਲੱਸ ਟੂ ਕੀਤੀ ਹੈ ਜੀ। ਤੇ ਮੇਰੇ ਇੰਗਲਿਸ਼ ਚੋਂ 82% ਹੈ ਤੇ ਓਵਰਆਲ 70%। ਠੀਕ ਹੈ, ਕੀ ਚੋਂ? UK ਬਾਰੇ ਪੁੱਛਣਾ ਸੀ ਤੇ ਮੈਂ ਆਦਾ ਬਿਜ਼ਨਸ ਐਂਡ ਆਇਲਸ ਬਾਰੇ ਦੱਸੋਗੇ ਜੀ? ਆਇਲਸ ਕੀਤੀ ਹੈ? ਲਗਭਗ 12-15 ਲੱਖ ਰੁਪਇਆ। ਹਾਂਜੀ, ਫੰਡਾਂ ਬਾਰੇ ਪੁੱਛ ਰਹੇ ਨੇ ਰਾਈ ਸਾਹਿਬ। ਫੰਡ ਅਵੇਲੇਬਲ ਨੇ ਬੈਂਕ ਦੇ ਵਿੱਚ? ਹਲੇ ਪਾਉਣੇ ਨੇ। ਫਿਰ ਡਿਲੇ ਨਾ ਕਰੋ, ਮੇਰੇ ਦਫ਼ਤਰ 'ਚ ਆਉਣ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਅਕਾਊਂਟ 'ਚ ਪੈਸੇ ਪਵਾ ਲਓ, ਕਿਉਂਕਿ ਮੈਂ ਤਾਂ ਆਫਰੇਟ ਤੁਹਾਨੂੰ 10-15 ਦਿਨ ਦੇ ਦਾਂਗਾ ਜੋ ਤੁਹਾਡੀ ਪ੍ਰੋਫਾਈਲ ਹੈ। ਹੁਣ ਮੇਰੇ ਕੋਲ ਇਹੋ ਯੂਨੀਵਰਸਿਟੀਆਂ 'ਚ ਮੈਂ 3 ਦਿਨ 'ਚ ਆਫਰੇਟ ਦੇ ਦਾਂਗਾ। ਜੇ ਤੁਹਾਡੇ ਨੰਬਰ 82% ਇੰਗਲਿਸ਼ ਹੋ ਹੈਗੇ, ਓਵਰਆਲ 70% ਹੈ, ਆਫਰੇਟਰ ਮਿਲ ਜਾਏਗੀ, ਤੁਸੀਂ ਫੀਸ ਪੇ ਕਰਕੇ ਕੈਸ਼ ਲੈਟਰ ਮਿਲ ਜਾਏਗਾ। ਬਟ ਆਪਾਂ ਨੂੰ 1 ਮਹੀਨਾ ਵੇਟ ਕਰਨੀ ਪੈਣੀ, ਕਿਉਂਕਿ ਤੁਹਾਡੇ ਫੰਡ ਪੁਰਾਣੇ ਕਰਨ ਨੂੰ ਹਲੇ 28 ਦਿਨ ਹੋਰ ਚਾਹੀਦੇ ਨੇ। ਸੋ ਕੋਸ਼ਿਸ਼ ਕਰੋ, ਜੇ ਤੁਸੀਂ ਸੋਮਵਾਰ ਨੂੰ ਮੇਰੇ ਦਫ਼ਤਰ ਆਉਣਾ ਚਾਹੁੰਦੇ ਹੋ,
ਯਾਰ ਭਾਜੀ ਅਖੀਰ ਮਿੰਟ ਡੋਟ ਕੋਮ ਵਾਲਾ ਕੰਮ ਆਪਾਂ ਨਾ ਕਰੀਏ ਨਾ, ਆਪਾਂ ਟਾਈਮ ਸਿਰ ਚੱਲੀਏ। ਹੁਣ ਜੇ ਕਲਾਸਾਂ ਕਿਤੇ ਕਿਤੇ ਜਨਵਰੀ ਦੀਆਂ ਪਹਿਲੇ ਹਫ਼ਤੇ, ਕਿਤੇ ਦੂਜੇ ਹਫ਼ਤੇ ਸ਼ੁਰੂ ਹੈ, ਅੱਗੇ ਕ੍ਰਿਸਮਿਸ ਦੀਆਂ ਵੈਸੇ ਹੀ ਛੁੱਟੀਆਂ ਕਰਕੇ 10 ਦਿਨ 15 ਦਿਨ ਯੂਨੀਵਰਸਿਟੀਆਂ ਕੋਈ ਕੰਮ ਹੀ ਨਹੀਂ ਕਰਨਾ, ਔਫਰ ਪ੍ਰੋਸੈਸ ਹੀ ਨਹੀਂ ਹੋਣੀ, ਕੈਸ਼ ਪ੍ਰੋਸੈਸ ਹੀ ਹੋਣੇ। ਸੋ ਮੇਰਾ ਟਾਰਗੇਟ ਇਹ ਹੈ ਕਿ ਮੈਂ ਸਾਰੀਆਂ ਜਨਵਰੀ ਟੇਕ ਦੀਆਂ ਫਾਈਲਸ 15 ਤੋਂ 20 ਦਸੰਬਰ ਤੱਕ ਲਾਂਚ ਕਰਕੇ ਫਾਸਟ ਟਰੈਕ ਸਰਵਿਸ ਦੇ ਵਿੱਚ 25 ਦਸੰਬਰ ਤੋਂ ਪਹਿਲਾਂ ਵੀਜ਼ੇ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰ ਦੇਣਾ ਚਾਹੁੰਦਾ। ਹਾਂ, ਇੱਕਾ ਦੁੱਕਾ ਕੇਸ ਕਿਸੇ ਕਾਰਨ ਕਰਕੇ ਕੈਸ਼ ਨਹੀਂ ਆ ਰਿਹਾ, ਫੰਡ ਰਹਿ ਗਏ, ABC ਪ੍ਰੋਬਲਮ ਪੈ ਗਈ, ਤਾਂ ਜ਼ਰੂਰ ਆਪਾਂ ਫਾਈਲਾਂ ਲੇਟ ਕਰਾਂਗੇ, ਬਟ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ 15 ਦਸੰਬਰ ਤੱਕ ਸਾਰੇ ਜਨਵਰੀ ਟੇਕ ਦੇ ਜਿਹੜੇ ਕੇਸ RS ਗੋਬਲ ਦੇ ਕੋਲ ਲੱਗੇ ਮੈਂ ਲਾਂਚ ਕਰਕੇ 25 ਦਸੰਬਰ ਤੱਕ ਬੱਚਿਆਂ ਦੇ ਹੱਥ 'ਚ ਪਾਸਪੋਰਟ ਵੀਜ਼ਾ ਲਵਾ ਕੇ ਦੇ ਦੂੰਗਾ। ਥੈਂਕ ਯੂ ਰਾਜੀ ਸਾਹਿਬ, ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡੇ ਦੇ ਵਿਚਾਰ ਲਈ। ਮਾਫੀ ਚਾਹਾਂਗੇ ਜਿਨ੍ਹਾਂ ਨੇ ਕਾਲ ਕੀਤੀ ਨਹੀਂ ਲੱਗੀ, ਔਰ ਜਿਨ੍ਹਾਂ ਨੇ ਕਾਲ ਕੀਤੀ ਜਵਾਬ ਮਿਲ ਗਿਆ, ਉਮੀਦ ਕਰਾਂਗੇ ਸੈਟੀਸਫਾਈਡ ਹੋਣਗੇ। ਹਰ ਰੋਜ਼ ਤੁਸੀਂ ਯੂਟਿਊਬ 'ਤੇ ਸਾਡੇ ਤਜਰਬੇਕਾਰ ਮਾਹਿਰ ਐਕਸਪਰਟਸ ਕੰਸਲਟੈਂਟਸ ਨੂੰ 4 ਵਜੇ ਤੋਂ ਲੈ ਕੇ 4:30 ਵਜੇ ਤੱਕ ਲਾਈਵ ਗੱਲ ਕਰ ਸਕਦੇ ਹੋ। ਸੋ ਅੱਜ ਦਾ ਇਹ ਉਪਰਾਲਾ ਮੈਨੂੰ ਲੱਗਦਾ ਸਰ ਕਾਫੀ ਬੱਚਿਆਂ ਲਈ ਲਾਹੇਵੰਦ ਹੋਊਗਾ। ਸੋ ਅਗਲੇ ਹਫ਼ਤੇ ਮਿਲਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ। ਸ਼ੁਕਰੀਆ, ਧੰਨਵਾਦ।